छोटी बाई सभी पार्टी पार्टी छोटी बाई जोंटी बाई क्या बड़ी स्वाद बनाई है की पाया हुए भाई माल पाया हुआ पूरा ठोक के अच्छा और फिर प्रधान जी की कहंदी है थोड़ी भविख बाणी आप ही जितांगे टेंशन ना लो अच्छा प्रधान जी मैं शरला मार के आया रिजल्ट अनाउंस होने वाले हैं तू रुक के जा बस 2 मिनट च आ गया चल छेती हैं ठीक है चल भाई संजय कुमार चल भाई ओ काका सभी पार्टी शांत हो जाओ चलो थले चलो थले चलो जीतेंगे हम जीतेंगे मेरी सारे स्टूडेंट्स नो रिक्वेस्ट है ओए आप तो बात के वो रौला थोड़ा सा ब्रावा आ बंदे तेरे आगे हाथ जा नाम तो सीधा ले ले कर मौसम बहुत खराब है 10 नु अंतम कह ले कर नलिया कॉलेज चो ही किसी ने आतंकवादी समझ के सच्चे ठोक देने यार मेरे विद्यार्थियों आज तुम्हारे चो दो लीडर ने आगे जाके राजनेता बनना है ਉਹ ਚੱਲ ਸੜਾ ਐਂ ਦੱਸ ਹਾਂ ਪ੍ਰਧਾਨ ਆਪਣੀ ਵਾਰੀ ਜਿੱਤੂ ਕੇ ਨਾ ਉਹ ਜਿੱਤੂ ਕਿਉਂ ਨਹੀਂ ਉਹ ਨਾਲੇ ਜਿਹੜੀ ਪਾਰਟੀ ਨੂੰ ਆਪਣੇ ਵਰਗੇ ਅਮਲੀਆਂ ਦਾ ਸਮਰਥਨ ਹੋਵੇ ਨਾ ਉਹ ਤਾਂ ਕਦੇ ਹਾਰ ਹੀ ਨਹੀਂ ਸਕਦੀ ਓਏ ਆਖਿਰ ਨੂੰ ਆਪਣੀ ਤਪੱਸਿਆ ਸਾਲਾ ਆਪਣੀ ਕਾਦੀ ਤਪੱਸਿਆ ਯਾਰ ਓਏ ਓਏ ਬੁੱਝ ਆ ਪਾਣੀ ਦੀ ਇੱਕ ਬੂੰਦ ਨਾ ਅਮਲੀ ਨੂੰ ਸਵਾ ਮਨ ਦੇ ਬਰਾਬਰ ਹੁੰਦੀ ਆ ਅੱਜ ਤਾਂ ਬਾਰਿਸ਼ 'ਚ ਭਿੱਜ ਗਏ ਫਿਰ ਕੀ ਹੋ ਗਿਆ ਸੁੱਕ ਗਏ ਪਤਾ ਨਹੀਂ ਕਿੰਨੀਆਂ ਕੁ 100 ਮਣ ਬੂੰਦਾਂ ਆਪਣੇ ਉੱਪਰ ਪੈ ਗਈਆਂ ਹੋਣੀਆਂ ਓਏ ਤਪੱਸਿਆ ਯਾ ਹੋਰ ਕੀ ਹੈ ਆ ਇਹ ਵੀ ਠੀਕ ਹੈ ਹਾਂ ਜਿੱਤ ਕਿਸੇ ਵੀ ਪਾਰਟੀ ਦੀ ਹੋਵੇ ਇਹ ਯੂਨੀਵਰਸਿਟੀ ਤੁਹਾਡੀ ਸਾਰਿਆਂ ਦੀ ਸਾਂਝੀ ਹੈ ਤੇ ਮੈਂ ਇਹ ਕਹਾਂਗਾ ਇਹ ਜਿੱਤ ਵੀ ਤੁਹਾਡੀ ਸਾਰਿਆਂ ਦੀ ਸਾਂਝੀ ਹੈ ਹੂੰ ਹਾਂ ਵੀ ਸ਼ਰਲਾ ਮਾਰਨਾ ਨਹੀਂ ਸਾਡਾ ਭਾਈ ਮੈਂ ਜਾਤਾ ਕੋਈ ਨਹੀਂ ਤੂੰ ਹੀ ਜਾਇਆ ਠੀਕ ਹੈ ਮੈਂ ਗਿਆ ਤੇ ਆਇਆ ਚੰਗਾ ਵੀ ਸੋਚਿਆ ਗਾ ਉਹ ਚੌਂਟੀ ਬਾਈ ਹੋਰਾਂ ਨੇ ਨਾ ਕੋਈ ਜੁਗਾੜ ਪੱਕਾ ਕਰਿਆ ਹੋਊਗਾ ਆਪਾਂ ਤਾਂ ਪੱਕੇ ਜਿੱਤੇ ਪਏ ਆ ਨਾਲੇ ਆਪਣੇ ਮਾਲ ਦੀ ਤਿਆਰੀ ਪੱਕੀ ਐਸਓਯੂ ਪਾਰਟੀ ਜ਼ਿੰਦਾਬਾਦ ਰਿਜ਼ਲਟ ਤਿਆਰ ਹੋ ਗਿਆ ਲਓ ਸਾਥੀਓ ਇਸ ਇਲੈਕਸ਼ਨ ਦਾ ਰਿਜ਼ਲਟ ਤਿਆਰ ਹੈ ਤੇ ਪਿਆਰ ਨਾਲ ਇਸ ਰਿਜ਼ਲਟ ਨੂੰ ਸੁਣਨਾ ਗੁੜੀ ਜੁੰਟੀ ਨੂੰ ਫੋਨ ਲਾ ਰਿਜ਼ਲਟ ਕਿਸੇ ਵੀ ਪਾਰਟੀ ਦੇ ਫੇਵਰ ਚ ਹੋਵੇ ਪਾਰਟੀ ਨੇ ਸ਼ੋਰ ਸ਼ਰਾਬਾ ਨਹੀਂ ਕਰਨਾ ਸਾਰੇ ਸ਼ਾਂਤੀ ਬਣਾਈ ਰੱਖਣਾ ਸਾਰੇ ਇੱਧਰ ਧਿਆਨ ਦਿਓ ਹੁਣ ਮੈਂ ਸੁਰਿੰਦਰ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਅੱਜ ਦੇ ਇਸ ਰਿਜ਼ਲਟ ਨੂੰ ਤੁਹਾਡੇ ਨਾਲ ਸਾਂਝਾ ਕਰਨ ਬਈ ਪਲੀਜ਼ ਜੁੰਟੀ ਫੋਨ ਨਹੀਂ ਚੱਕ ਰਿਹਾ ਅਟੈਂਸ਼ਨ ਪਲੀਜ਼ ਦ ਰਿਜ਼ਲਟ ਇਜ਼ ਹੇਅਰ ਐਂਡ ਐਜ਼ ਐਵਰੀ ਈਅਰ ਬਹੁਤ ਹੁਣ ਚੀਜ਼ਾਂ ਜਾ ਛੇਤੀ ਬੁਲਾ ਕੇ ਲੈ ਕੇ ਆਉਂ ਚੱਲ ਛੇਤੀ ਜਾ ਓਕੇ ਗਾਇਸ ਟੁਡੇ ਐਸਓਯੂ ਪਾਰਟੀ ਇਜ਼ ਵਿਨਰ ਓ ਐਸਓਯੂ ਪਾਰਟੀ थैंक यू कंग्रेचुलेशंस टू एसओयू पार्टी फ्रॉम यूनिवर्सिटी कम्युनिटी मैं तारे पीछे पागल होने लग गया थैंक्स टू ऑल ऑफ यू ਇਹ ਨਹੀਂ ਹੋ ਸਕਦਾ
ਇਹਨਾਂ ਨੇ ਆਪਣੇ ਨਾਲ ਘਪਲਾ ਕੀਤਾ। ਰਿਲੈਕਸ ਪਰਮ, ਸਟੂਡੈਂਟ ਯੂਨਿਟੀ ਆਪਣੇ ਨਾਲ ਆ, ਫਿਰ ਟੈਨਸ਼ਨ ਕਿਹੜੀ ਗੱਲ ਦੀ? ਟੈਨਸ਼ਨ ਤਾਂ ਹੋਣੀ ਹੋਈ ਹੈ ਪਰਮ, ਜਿੱਤ ਆਪਣੀ ਸੀ, ਐਤਕੀ ਫਿਰ ਧੱਕੇ ਨਾਲ ਜਿੱਤ ਗਏ ਸਾਲੇ। ਮੈਂ ਬਾਬਲਾਂ ਲੱਗਦਾ ਤਾਰੇ ਪਿੱਛੇ। ਉਹ ਪੂੰਡਾ ਅਸ਼ਕ, ਜੋਟੀ ਕਿੱਥੇ? ਨਾ ਸਾਲਾ ਫੋਨ ਚੱਕ ਰਹੇ ਬਾਈ, ਬੀਤਰੀ ਆ ਬਾਥਰੂਮ ਕੇ। ਸਾਲਾ ਜੋਟੀ ਬਾਈ ਫੋਨ ਨਹੀਂ ਚੱਕ ਰਿਹਾ, ਸਾਨੂੰ ਟੈਨਸ਼ਨ ਉੱਤੇ, ਤੂੰ ਆਪਦੀ ਮਾਸੀ ਨਾਲ ਬੀਜੀ ਆ। ਕੰਗਰੈਚੁਲੇਸ਼ਨ। ਚਲੋ ਸੁਣ ਲਓ ਜੋਟੀ ਬਾਈ, SOU ਬਾਡੀ। ਮੇਰਾ ਤਾਂ ਜੀ ਕਰਦਾ ਸਾਲਿਆਂ ਦੇ ਜੁੱਤੀ ਫਿਰਾਂ ਇਹਨਾਂ ਦੇ। ਪੇਸੈਂਸ ਰੱਖ, ਅਗਲੀ ਵਾਰ ਆਪਾਂ ਨਰੋਲ ਜਿੱਤਾਂਗੇ, ਨਾਲੇ ਇਸ ਵਾਰ ਵੀ ਤਾਂ ਆਪਣੀ ਜਿੱਤ ਹੋਈ ਹੈ, ਇਹਨਾਂ ਦੀ ਤਾਂ ਸਿਰਫ ਕਾਗਜ਼ੀ ਜਿੱਤ ਹੈ। ਵੀ ਪਹੁੰਚੇ ਜੋਟੀ। ਥੈਂਕਸ ਟੂ ਕੈਂਪਸ ਸਟਾਫ ਐਂਡ ਆਲਸੋ ਥੈਂਕਸ ਟੂ ਆਲ ਆਫ ਯੂ ਗਾਈਜ਼ ਹੂ ਸਪੋਰਟ ਅਸ। ਸਾਡੀ ਇਸ ਪਾਰਟੀ ਦੇ ਸਰਪ੍ਰਸਤ ਗੁਰਜੀਤ ਬਰਾੜ ਜੀ ਬਠਿੰਡੇ ਤੋਂ, ਕੁੱਕੂ ਜੀ ਚੰਡੀਗੜ੍ਹ ਤੋਂ। ਬਾਈ ਆ ਜਾ ਹੁਣ। ਚਲੋ ਹੁਣ ਚਲੀਏ। ਜੋਟੀ ਬਾਈ ਜਿੱਤ, ਸਿਰਫ ਸਾਡੀ ਜਿੱਤ ਨਹੀਂ, ਤੁਹਾਡੇ ਸਾਰਿਆਂ ਦੀ ਆਪਣੀ ਜਿੱਤ ਹੈ। ਤੇ ਇਸ ਜਿੱਤ ਤੋਂ ਤੁਸੀਂ ਇਹ ਸਾਬਿਤ ਕਰ ਦਿੱਤਾ ਹੈ ਕਿ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਕਿਉਂਕਿ ਤੁਸ ਬਾਈ ਚੌਂਟੀ ਨੂੰ ਕਿਸੇ ਨਾ ਮਹਿਮਾਨ ਫੋਨ ਦਸ ਵਿੱਚ ਮਿਲੇ ਜਿੱਤੇ। SOU ਪਾਰਟੀ ਜਿੰਦਾਬਾਦ, SOU ਪਾਰਟੀ ਜਿੰਦਾਬਾਦ, SOU ਪਾਰਟੀ। ਕੀ ਕਰਨਾ ਬਾਈ, ਕਰਨਾ ਕੀ ਹੈ? ਜਿੰਨੀ ਵੀ ਕਰਤੂਤ ਕੀਤੀ ਇੱਥੇ ਨੇੜੇ ਤੇੜੀ ਲੱਭੋ। ਤੂੰ ਐਂ ਕਰ, ਸਿਕਿਉਰਿਟੀ ਇੰਚਾਰਜ ਨੂੰ ਕਹਿ ਕੇ ਗੇਟ ਬੰਦ ਕਰਵਾ, ਠੀਕ ਹੈ? ਮੈਂ ਇੱਧਰ ਦੇਖਦਾ, ਤੂੰ ਉੱਧਰ ਸਾਂਭ। ਮੱਛਰ ਕੀ ਜਾਂਦੇ? ਗੰਦ ਪਾਉਣਾ ਸੀ, ਗੰਦ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨਾ ਸੀ ਨਾ, ਆਪਾਂ ਇਹ ਹਰਗਜ ਨਹੀਂ ਹੋਣ ਦਿੰਦੇ, ਨਾ ਹੋਣ ਦਿੱਤਾ। ਹੁਣ ਤੁਸੀਂ ਸੋਚਦੇ ਹੋਵੋਗੇ ਪਾਰਟੀ ਤੋਂ ਬੰਤੀ ਹੈ, ਉਹ ਪਾਰਟੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ, ਬਸ ਪ੍ਰੈਜ਼ੀਡੈਂਟ ਸਾਹਿਬ ਸਾਡੇ ਧੰਨਵਾਦ ਜਿਹਾ ਕਰ ਲੈਣ, ਫਿਰ ਪਾਰਟੀ ਵੀ ਸ਼ੁਰੂ ਕਰ ਦਿੰਦੇ ਹਾਂ। ਕੀ ਬਕੀ ਜਾਂਦਾ ਬਸ ਕਰ। ਜੋਟੀ ਬਾਈ ਜਿੰਦਾਬਾਦ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪਿੰਦਰ ਬੋਲਦਾ ਜੀ। ਗੁਰਪਿੰਦਰ ਕੌਣ? ਗੁਰਪਿੰਦਰ ਗੋਲੀ ਜੀ, ਪਛਾਣਿਆ ਜੀ? ਹਾਂ ਹਾਂ, ਦੱਸੋ। ਸਰ, ਸਾਡੀ ਪਾਰਟੀ ਦਾ ਪ੍ਰਧਾਨ ਤੁਸੀਂ ਕਿਡਨੈਪ ਕਰ ਲਿਆ, ਤੁਸੀਂ ਪਲੀਜ਼ ਸਾਰੇ ਗੇਟ ਬੰਦ ਕਰ ਦਿਓ ਅਤੇ ਇਕੱਲੇ ਇਕੱਲੇ ਦੀ ਤਲਾਸ਼ੀ ਲੈ ਕੇ ਚੈੱਕ ਕਰਕੇ ਭੇਜੋ ਜੀ ਸਾਰਿਆਂ ਨੂੰ। ਤੁਸੀਂ ਚਿੰਤਾ ਨਾ ਕਰੋ, ਮੈਂ ਹੁਣੇ ਸਖਤਾਈ ਕਰ ਦੇਣਾ ਇੱਥੇ। ਠੀਕ ਹੈ ਜੀ, ਮੈਂ ਮੁੰਡੇ ਭੇਜਦਾ ਤੁਹਾਡੇ ਕੋਲ। ਠੀਕ ਹੈ, ਪਰਮੇਲ ਉਹ ਗੇਟ ਬੰਦ ਕਰ। ਉਹ ਕੀ ਹੋ ਗਿਆ? ਸਾਲਾ ਜਾਬਾਂ ਦੇ ਭੇੜ ਮਾਰੀ ਜਾਂਦਾ, ਜੋਟੀ ਬਾਈ ਨੂੰ ਕਿਡਨੈਪ ਕਰ ਲਿਆ ਕਿਸੇ ਨੇ। ਕੀ ਹੋ ਗਿਆ ਬਾਈ? ਤਾਜ ਮਹਿਲ ਟਹਿ ਗਿਆ, ਹੁਣ ਕੀ ਬਦਲ ਗਿਆ ਬਾਈ? ਜਿਸ ਤਨ ਲੱਗ ਗਿਆ ਵੋ ਹੀ ਜਾਣਾ ਹੈ। ਨਾਲੇ ਆ ਗੱਲ ਤੁਹਾਡੀ ਸਮਝ ਤੋਂ ਬਾਹਰ ਆ ਗਈ। ਉੱਠ ਤੁਰ, ਠੀਕ ਆ, ਪਾਰਟੀ ਤਾਂ ਗਈ। ਹਾਂ, ਜੀਤੇ ਬਾਈ ਕੋਲ ਚੱਲਦੇ। ਖੋਲਦੇ ਖੋਲਦੇ ਖੋਲਦੇ, ਚਲੋ ਵੀ ਚਲੋ 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 ਚਲੋ, ਪਰਮੇਲ ਗੇਟ ਖੋਲ। ਤੇਰੇ ਨਾਲ ਦੇ ਜਿੰਨੇ ਮੁੰਡੇ ਨੇ ਸਾਰਿਆਂ ਨੂੰ ਇਕੱਠੇ ਕਰ, ਮੁੰਡਿਆਂ ਦੇ ਹੋਸਟਲ, ਗਰਾਊਂਡ, ਕੰਟੀਨ ਸਾਰੇ ਕਿਤੇ ਜਾ ਕੇ ਚੈੱਕ ਕਰੋ, ਜ਼ਿਆਦਾ ਦੂਰ ਨਹੀਂ ਗਏ ਹੋਣੇ। ਜੀ, ਮੈਂ ਤੇ ਸੰਜੇ ਕੁੜੀਆਂ ਵਾਲੇ ਹੋਸਟਲ ਚ। ਚੱਲ ਜੀ, ਗਰਲਜ਼ ਹੋਸਟਲ ਅਤੇ ਅਸੀਂ ਬੋਇਜ਼ ਹੋਸਟਲ,
ground canteen. Anyway, we will manage it. है भाई? एक गल परले पार दी है। अच्छा अच्छा अच्छा। भाई, ये जोंटी भाई परले पार की करने वाले हैं। ओके ठीक है आ जाओ। लवी कुड़ियां दा होस्टल तो आ गया पर कोई बीबी दा नजर नहीं आ रही हूँ तो मी भी हट गया विकी तू उधर जाके देख मैं तो संजय इधर देख दिया भाई अंधेरे थोड़े ज्यादा नहीं हाँ रात करके थोड़ा ज्यादा होए भाई तू पर अंदर मत अंदर ठीक है यार संजय हाँ भाई एक गलता दस बोल भाई जे जोटी ना मिलिया फिर प्रधानगी दे चांस की देने रा भाई तन्ने ही मिलेगी प्रधानगी फिर तो साला ना ही मिले यूके कह लग रहा भाई ओ मेरा मतलब यार जोटी दा मिलना बहुत जरूरी है नहीं तो इन्होंने साले ने मेनू बना देना प्रधान रा भाई ये तो बहुत बढ़िया बात है प्रधानगी यूं थोड़ी मिल जाए अच्छा चल देखते फिर की बनता ਲੈ ਵੀ ਡਿਜ਼ਾਈਨਰ ਜੇ ਤੂੰ ਜੌਂਟੀ ਬਾਈ ਨੂੰ ਬਚਾ ਲਿਆ ਨਾ ਤਾਂ ਤੈਨੂੰ ਕਿਸੇ ਨੇ ਨਿਕੰਮਾ ਨਹੀਂ ਕਹਿਣਾ ਤੇਰੀ ਯੂਨੀ ਤੇ ਪਾਰਟੀ ਚ ਬਣ ਜਾਣੀ ਆ ਪੂਰੀ ਠੁੱਕ ਤੇ ਅਹੁਦਾ ਵੀ ਮਿਲ ਜਾਣਾ ਹਾਇਓ ਰੱਬਾ ਕੀ ਕਹੀ ਜਾਂਦਾ ਸਾਲਾ ਇਹਦੀ ਕਿਹੜਾ ਸਮਝ ਲੱਗਦੀ ਰੱਬ ਆਈ ਮੈਨੂੰ ਲੱਗਾ ਬਾਈਕ ਰੋਕਣ ਖਾਤਰ ਕਹਿ ਰਿਹਾ ਉਹ ਨਹੀਂ ਨਹੀਂ ਕੁਛ ਹੋਰ ਕਰ ਰਿਹਾ ਓਏ ਉੱਚੀ ਬੋਲ ਕੀ ਕਹਿ ਰਿਹਾ ਬਾਈ ਆ ਬਾਈਕ ਰੋਕੋ ਬਾਈਕ ਆ ਬਾਈ ਬਾਈਕ ਰੋਕੋ ਸਾਲਾ ਬਾਈਕ ਰੋਕਣ ਨੂੰ ਕਹਿ ਰਿਹਾ ਤੂੰ ਉਹ ਤਾਂ ਬਾਈ ਮੈਂ ਕਹਿ ਲੱਗ ਰਿਹਾ ਫਿਰ ਪੱਜ ਮੇਰੇ ਮੂੰਹ ਕਰੀ ਕੀ ਦੇਖਦਾ ਸ਼ੁਕਰ ਕੇ ਉਹ ਮੇਰਾ ਮਤਲਬ ਸ਼ੁਕਰ ਆ ਸਾਲਾ ਮਿਲ ਗਏ ਮੇਰੇ ਮੂੰਹ ਕਰੀ ਕੀ ਚੱਕੀ ਜਾਣਾ ਹੁਣ ਪੱਜ ਗੱਡੀ 'ਚ ਬੈਠ ਹੈਂਡਸ ਅਪ ਮੁੰਦੀ ਹਾਂ ਬਾਈ ਮੂੰਹ ਤੇ ਮਾਰ ਬਾਈ ਥੱਪੜ ਕੇ ਗੋਲੀ ਸਾਲੇ ਮੋਬਾਈਲ ਦੀ ਲਾਈਟ ਆਨ ਕਰ ਟਾਰਚ ਲਾਉ ਦੇ ਮੂੰਹ ਤੇ ਅੱਛਾ ਬਾਈ ਠੀਕ ਆ ਬਾਈ ਮੇਰੇ ਨਹੀਂ ਉਹਦੇ ਮਾਰ ਬੁੜੇ ਦੇ ਅੱਛਾ ਇੱਕ ਮਿੰਟ ਬਾਈ ਇੱਕ ਮਿੰਟ ਬਸ ਆ ਦੇਖੋ ਠੀਕ ਆ ਬਾਈ ਉਹ ਤੁਹਾਡੀ ਭਾਣ ਤੇ ਬੈਰੀ ਬੈਡ ਛਿੱਗੀ ਓਏ ਪੀਟਰ ਤੂੰ ਥੂ ਆਵੇ ਤੇਰੀ ਯਾਰੀ ਤੇ ਡਿਜ਼ਾਈਨਰ ਬਾਈ ਉਹ ਪ੍ਰੋਬਲਮ ਦੇ ਵਿੱਚ ਆ ਸਾਲਿਆ ਅਸੀਂ ਤੈਨੂੰ ਫੋਨ ਤੇ ਫੋਨ ਦੇ ਫੋਨ ਤੇ ਫੋਨ ਕਰੀ ਜਾਂਦੇ ਆ ਤੇਰਾ ਫੋਨ ਬੀਜੀ ਆ ਰਿਹਾ ਪ੍ਰੋਬਲਮ ਹੈ ਨਾ ਸਾਨੂੰ ਪਤਾ ਨਹੀਂ ਵੀ ਇਹ ਜੇ ਇਕਾਂਤ ਜਗ੍ਹਾ ਤੇ ਇਹ ਜੇ ਮੌਸਮ ਚ ਕਿਹੜੀ ਪ੍ਰੋਬਲਮ ਸੋਲਵ ਹੁੰਦੀ ਹੈ ਮੁੰਦੀ ਤੈਨੂੰ ਤਾਂ ਪਤਾ ਹੀ ਹੋਣਾ ਵਾ ਇਹਦੇ ਬਾਰੇ ਨਾ ਤਾਂ ਹੀ ਤਾਂ ਸਾਲਿਆ ਸਿੰਗਲ ਹੈ ਬਈ ਸਿੰਗਲ ਤਾਂ ਤੁਸੀਂ ਵੀ ਬਾਈ ਮੈਨੇ ਲੱਗਾ ਮੈਦਾਨ ਕੀ ਤਰਫ ਜਾਣ ਲੱਗ ਰਹੇ ਡਿਜ਼ਾਈਨਰ ਬਾਈ ਨੇ ਫੋਨ ਕਰ ਜਲਦੀ ਕੀ ਪਤਾ ਉੜੀਆਂ ਮੈਂ ਗਲਤ ਨਹੀਂ ਹਾਂ ਓਏ ਫੋਨ ਆ ਗਿਆ ਗੋਲੀ ਬਾਈ ਦਾ ਹਾਂਜੀ ਬਾਈ ਹੈਲੋ ਡਿਜ਼ਾਈਨਰ ਜੋਟੀ ਦਾ ਪਤਾ ਲੱਗਿਆ ਕਿੱਥੇ ਹੋ ਬਾਈ ਇੱਧਰ ਆ ਗਰਾਊਂਡ ਵਾਲੀ ਸਾਈਡ ਉਹ ਤੁਹਾਡੇ ਪਿੱਛੇ ਉੱਧਰ ਗਰਾਊਂਡ ਵਾਲੇ ਆ ਰਹੇ ਨੇ ਅਸੀਂ ਉਹਨਾਂ ਦੇ ਪਿੱਛੇ ਹੀ ਅੱਗੇ ਰਾਹ ਪਾ ਲਓ ਆ ਗਏ ਜੀ ਆ ਗਏ ਬਸ ਆ ਗਏ ਦੋ ਮਿੰਟਾਂ 'ਚ ਬਾਈ ਹੋਇਆ ਕੀ ਹੈ ਜੋਟੀ ਬਾਈ ਕਿਡਨੈਪ ਹੋ ਗਿਆ ਉਹ ਤੇਰੀ ਨੂੰ ਇਹ ਕਿਵੇਂ ਹੋ ਗਿਆ ਇੰਨਾ ਟਾਈਮ ਨਹੀਂ ਹੈ ਸਾਡੇ ਕੋਲ ਜਮੇ ਟਾਈਮ ਨਹੀਂ ਇੱਕ ਸੈਕਿੰਡ ਵੀ ਨਹੀਂ ਹੈ ਤੈਨੂੰ ਦੱਸਣ ਦਾ ਕਿਉਂਕਿ ਕਿਡਨੈਪਰ ਇੱਧਰ ਹੀ ਆ ਰਹੇ ਨੇ ਬਾਈ ਕਿਉਂ ਮਗਜ ਮਾਰਿਆ ਇੰਨੇ ਟਾਈਮ ਦੇ ਕਿਡਨੈਪਰ ਆ ਕੇ ਚਲੇ ਜਾਣਗੇ ਬਾਈ ਚੱਲੀਏ ਹਾਂ ਹਾਂ ਥੈਂਕ ਗੋਡ
खुशी मेरी गल सुन। ए ने तेरे फ्रेंड्स नीच ते घटिया सोच दे मालक, डिस्कस्टिंग। मैं कदे सोच भी नहीं सकती सी कि तेरे ऐहे जे दोस्त होणगे। बाय खुशी, मेरी गल तां सुन यार। मैं गलत नहीं हां खुशी। जीते। हां भाई, जोंटी दी कोई खबर सर लगी? भाई फिलहाल तां कुछ नहीं पता लग रहा। साली अजीब जी टेंशन हुई पई है, ये कर कौन सकदा है? भाई की कह सकते हैं, कुछ नहीं पता लग रहा। जीते भाई, सस्रीकाल भाई, सस्रीकाल भाई। भाई आज तो बड़ी खुशी है यार। भाई जी कुछ होर भी तो नहीं चाहिए थी, असली भाई जी पार्टी में जाने लिए अपना हड्डी चोटी का पूरा जोर लाता। भाई जी, भाई जी तेनू पता ही है, नाले असली दोनों ने तो भाई विरोधी धिर दिया किसियां करातियां किसियां। कसरी नहीं छड्डी महाराज, ले चक ते फट्टे। जीते भाई, हां दोस्तों थोड़े जा अपना हिसाब किताब जा कर लिए। करो 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 करो, ओए रोक रोक रोक, मुंडे पिस्तल काट जल्दी, पिस्तल काट। सालियो साडे भाई नु किडनैप करन दी थोड़ी हिम्मत कमे हुई वा? ओए दिजेंद्र, हां चले पापक ना हो, जे साला सज्जे पासे दी लंगे फेर। ओ तू साला इनां नु हिंट दई जाना। ओए हिंट नहीं, मैं थोनु चकन्ने कर रहा हां, एक मिनट। बाली तोड़ लगी पई है भाई, थोड़ा बहुता माल माल मूल जा मिल जाए। आज दा डंग साथ दे भाई, को लिप भी नहीं लांदे हो तो साल जाएगा। हां यार भाई, भाई जैकेट किड्डी सोहनी है, ले दस। चल ठीक है, थैंक यू भाई, थैंक यू। ओ दे दे मैनू तो दिखा दे भाई, मार के बोल ले फोन सुन की जन। हेलो हेलो, ओए हां जीते, ओ जिन्ना ने जोटी किडनैप किया ना किथे? ओ ग्राउंड कोल घेरे हुए ने, पहुंचो छेती, असी हुणे आने आ। ठीक है, जिन्ना ने जोटी चुकया ओ ग्राउंड कोल घेरे हुए ने, चलिए छेती कर गड्डी च बैठ जाओ। ओ थोनू सुनदा नहीं ओए, भज्जो भज्जो। ओ मेरा मतलब भज्जन दी कोशिश ना करियो। ओए ए गोली की गोली पई जांदा भैन ता दीना, मैनू ता पता नहीं भाई, पता नहीं फड़ाउण च है पता नहीं भजाउण च है। भैन ते चगे थोड़ी हिम्मत कने होई वा, साडे भाई नू किडनैप कर दी। जे कोई समान हैगा ता कढ के साइड ते रख दो। कुछ नहीं हैगा भाई साडे लवे, मार मथे च गोली साले दे। भाई मूरले दे इक मगरले दे मेरे मार। ठीक है जी। ओए आ की कर रहे हैं भाई? आप ही दगा मेरे मार, मेरा साला बुग्गा। थैंक यू भाई। ओए ओ तन्नू ग्रुप च भर्ती कने बेवकूफ ने कीता सी भाई। आ की आवे लाइटर है भाई, इनू पण दे। पिस्तल किथे है? पिस्तल छेती कढ लो, इनू साले भूत दे संदार च देना। ओए हेलमेट उतार दो नहीं तो तन्ना दे के गोली लगा दूं मथे साले। बचाले जोंटी भाई भी है। हां ओए ला दो भाई, ਇਹ ਸੜੀ ਗੱਡੀ ਲੈ ਕਿੱਧਰ ਚੱਲੇ ਨੇ? ਹਾਏ ਓਏ ਕਿੰਨਾ ਪਿਓਰ ਮਾਲ ਹੈ ਓਏ, ਇੱਧਰ ਦੇਖ ਲੈ ਕਿੰਨਾ ਪਿਓਰ ਮਾਲ ਹੈ। ਪ੍ਰਧਾਨ ਆ ਕਿਵੇਂ ਤੂੰ ਆ ਪੱਟਦਾ ਗਿਆ ਓਏ ਓਏ ਅੱਤਵਾਦੀ ਓਏ ਅੰਤਮ ਓਏ। ਹਾਂ ਹਾਂ ਯਾਰ ਮੈਨੂੰ ਸਾਲਾ ਸ਼ੱਕ ਜਿਹਾ ਹੋਇਆ, ਮੈਨੂੰ ਲੱਗਦਾ ਦਾਲ 'ਚ ਕੁਛ ਕਾਲਾ ਹੈ। ਮੈਨੂੰ ਤਾਂ ਦਾਲ ਹੀ ਕਾਲੀ ਲੱਗਦੀ ਹੈ। ਚਲੋ ਵੈਸੇ ਚੱਲ ਚੱਲੀਏ, ਆਪਾਂ ਕੀ ਲੈਣਾ ਕੀ ਲੈਣਾ ਓਏ ਇੱਧਰ। ਬਸ ਬਹੁਤ ਹੋ ਗਿਆ, उतरो थले थले उतरो, चलो चलो चलो, शाबाश। हेलमेट तारो 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 तारो, हेलमेट तारो, मुंह खोल मुंह मुंह खोल, नहीं गोली मार दूं। ना ना बेरे, तार कपड़ा, गोली ना मारियो, चल 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 चल। शिवाली मुंह दिखा दे अपना, मुंह तो कपड़ा तार दे। शाबाश। ਓਏ ਤੁਹਾਡੀ ਭੈਣ ਦੀ ਬਿਊਟੀਫੁਲ ਛਿੱਕੀ ਓਏ, ਯੂਨੀਵਰਸਿਟੀ ਦੇ ਸਾਰੇ ਸਟੂਡੈਂਟਸ ਨਾਈਟ ਆਊਟ ਕਰ ਰਹੇ ਨੇ। ਓ ਵਾਟ ਅ ਬਿਊਟੀਫੁਲ ਸਰਪ੍ਰਾਈਜ਼ ਟੂਡੇ, ਹੈਪੀ ਨਿਊ ਈਅਰ ਆਲ ਆਫ ਯੂ। ਓਏ ਡਿਜੇਂਦਰ, ਓ ਯਾਰ ਅੱਜ ਕੱਲ੍ਹ ਕਿਹੜੀ ਐਪ ਜੀ ਮਸ਼ਹੂਰ ਹੋਈ ਹੈ? ਟਿਕਟੋਕ, ਟਿਕਟੋਕ ਬਾਈ। ਹਾਂ ਸਾਲਾ ਲੁੱਟੋ ਤੋਂ ਸਿੱਧਾ ਟਿਕਟੋਕ ਤੇ ਆ ਗਿਆ ਤੂੰ, ਕਮਾਲ ਹੈ। ਗਲੀ ਫਿਰ ਇੱਕ ਟਿਕਟੋਕ ਤੋਂ ਬਣਤੀ ਹੈ। ਹਾਂ ਹਾਂ ਖੁਸ਼ੀ ਦਾ ਮਾਹੌਲ ਹੈ, ਖੁਸ਼ੀ ਦਾ ਮਾਹੌਲ ਹੈ। ਉਹ ਤੁਹਾਡੇ ਭਾਣ ਦੇ ਗਾਣਾ ਵੀ ਬਹੁਤ ਘੰਟ ਲੱਭਿਆ ਹੋਇਆ। ਕਿਹੜਾ? ਪਰਮੇਸ਼ਵਰ ਮੇ ਦਾ। ਸਭ ਪੜੇ ਜਾਣਗੇ ਜੀ, ਸਭ ਪੜੇ ਜਾਣਗੇ, ਸ਼ੁਰੂ ਪੜੇ
जोटी फड़िया वो तो भाई मिसअंडरस्टैंडिंग हो गई सी। मिसअंडरस्टैंडिंग? हाँ जी वो तो आ निकली। ये पढ़न लिखने वाले स्टूडेंट ने, सॉरी यार इन्हें वालों मैं माफ़ी मांगता। तुसी जा सकते हो। थैंक यू वीरे। चलो शिवाली। ओए ओए सर वीरे मोटरसाइकिल ले जो। हाँ जी वीरे स्टार्ट कर लो बेशक दी। हाँ जी ते तुसी सारे जाने खड़ के इत्थे मजाक कर रहे हैं ते तू ही सड़िया आ फोन ते करदा सी। टिकटॉक जी भाई साला टिकटॉक दा थोनू पता मेरे ते की बीतरी है। जे सवेर तक जौंटी ना मिलिया सारी दी सारी मिट्टी पलीत हो जानी है। नाले आप बेवकूफियां करनिया छड़ दो, माड़ा मोटा समय दे हिसाब नाल चलना सीखो। साली मेरी इत्थे फटन वाली हुई पई है थोनू टिकटॉक दी लगी। जो मर्जी करो मैनू नहीं पता, जौंटी नू लभना बहुत जरूरी है। जिथों मर्जी जो मर्जी जिवें मर्जी करो, सवेर तक जौंटी मेरे सामने खड़ा हो, समझ गए? नहीं ला लो साहब आपका। तुसी टेंशन ना लो भाई, कर दे कोई हल। करना पैना। चंगा भाई सॉरी 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 भाई। चलो भाई साले ने दिमाग खराब करके रखता। तेनू पुछ रहा ओ हेलो की सोची इन्हें भाई? मैं सोच रहा जौंटी भाई का माल तो बना की बनता हूं ना जी भाई कुछ नहीं पता लगे जी। इस चंडीगढ़ मोहाली पंचकुला लांडरा खड़ सब गाता जी, कुछ नहीं पता लगे। ठीक है जी भाई जिम्मे तुम कहो आ जाने जी। कि फोन सी? ओ समर भाई का फोन सी। है थोड़ा पर कम चल रहा। ओ बंदी हाँ भाई की करी इन्हें? भाई लूडो खेडदा सड़िया दुनिया पबजी ते पहुँच गई। तुसी संगरूर वाले लूडो च ना निकलो है बंद करन। करती भाई की हो गया भाई? कोई बात नहीं भाई दस दे। भाई कोई बात नहीं दस दे। दस के भाई साहब की हो गया? फीवर होने लग रहा उन्हें भाई बताना मत करने। मैनू सुन के शर्म आ रही है, मैं किनू बोलना? चल पीड़ा तुड़के मेरा सारा आलू जा भुक ही जाता। ओ संजय कुमार जी अज तो बाद तेरे हाथ मैं फोन जा देख लिया ना चक के कंध ना मारू। चलो चलिए हुँ?
जे सोचना हो गई जे सोची लकवार बहुत शौक है ना तेनू टॉर्चर ते रैगिंग करन दा असल विच अज पता लगना है तेनू टॉर्चर दी फीलिंग की हुंदी है कॉलेज प्रेसिडेंट चौंटी चौंटी साढ़े कुत्ते दा ना है वो भी भावुक ते ईमानदार है जो कि तू नहीं लगता तू मैनू जानदा नहीं अजे तक क्यों मौत दे मुंह विच हत्थ पा रहे हैं जान दे मैनू जान दे मैनू उने भी तेनू इदां ही किया सी तू जान दिता सी प्यार करदा मैं उनू उनू तां बेचारी नू पता भी नहीं पर तू की जाने प्यार हुंदा की है याद कर याद कर तेरी क्लास दी टॉपर कुदरत कुदरत मेरी बेस्ट फ्रेंड आज ना सर ने टेस्ट पाना आया तो मैनू नकल मरवा दी प्लीज तू पढ़ के क्यों नहीं आई यार देख मैं तेरे जिन इंटेलिजेंट तो नहीं हूं कि एक बार जो भी पढ़ा वो मेरे दिमाग च छप जाए सो प्लीज मरवा दी ना नकल चल ठीक है आ गया तेरा सॉरी चल भाई के देख लग रहा है ओ वेट तेरे वन किने देख रहा है ओ प्लीज चेंज द टॉपिक यार अच्छा मेरी गल सुन मेनू ना बहुत भूख लगी है लेक्चर तो बाद कुछ खान चाहिए चल ठीक है भुख लगी है कि तोड़ लगी है दोनों बहुत शौक है ना तेनू फीम खाने का हाँ ले खा फिर ओ हेलो कोई पानी लेके आयो ओ सॉरी मूत लेके आयो ये जिन्नी गंदी तेरी सोच है ना उस मुताबक खाना पीना भी होना चाहिए कि नहीं तू जानदा नहीं मैनू गलत कर रहे हो तू गलत कर रहे हो गलत गलत तेनू अज पता लगा गलत की होंदा चल खा पी ते ऐश कर अज तो बाद तेनू फीम दी थां ते बकरी दी मिंगणा ते शराब दी थां ते मूत मिलू ओही हेलो हेलो बढ़िया भाई जी सत्या जी समर एक ही हो रहा है मेरे भरा की हालत तक कोई उपसुख नहीं मिली उसने जमीन खा गई आसमान निकल गया भाजी तुम टेंशन ना लो मैं करदा कुछ गल सुन मोहाली का SSP मेरा यार दोस्त है उसने एक इंस्पेक्टर की ड्यूटी लाई है जिसका नाम है अनिकेत सिंह देओल बंदा ईमानदार है बेनती करके इन्वेस्टिगेशन अंदर खाते करवानी है गल मीडिया तक नहीं जानी चाहिए जे गल मीडिया तक पहुंच गई तो मेरा तो सारा बिजनेस चौपट हो जाना है समझ गया ना भाजी तुसी बिल्कुल टेंशन ना लो मैं देखता ठीक है हेलो अनिकेत जय हिंद सर जय हिंद तेनू ही केस दे रहा बहुत अंडरग्राउंड तरीके नाल केस सॉल्व करना है मेरे बहुत ही अजीज दोस्त दा छोटा भरा है ओनू यूनिवर्सिटी चो किसी ने किडनैप कर लिया उस नू लभना है ये केस तेरे तो बगैर कोई और नहीं सॉल्व कर सकता डोंट वरी सर मैं इस केस नू अपने वालों जल्द तो जल्द सॉल्व करने की कोशिश करूंगा आई विल डू माय बेस्ट गुड आई एक्सपेक्ट दिस फ्रॉम यू थैंक यू सर दलेर यूनिवर्सिटी जाके आना सारे जाने मेरी गल ध्यान ना सुनो
मैं पार्टी का प्रधान होने के नाते एक फैसला लिया। जिन्ना चेर जौंटी का कुछ पता नहीं लगता, मैं कैंपस का प्रधान गोली अनाउंस करता। जे किसी ने कोई इतराज़ है तो हुण दसो। नहीं नहीं भाई, सानू कोई इतराज़ नहीं, थोड़ा हुक्म सिर मत्थे। ठीक है फिर, अज ही स्टूडेंट्स इकट्ठे करो, अनाउंस कर दें। क्यों गोली भाई, जिम्मे थोड़ा सारा हम ठीक लगे। हाँ भाई मुंडे हो, मुंडे चो समर केड़ा। मेरा ना जी समर, सत श्रीकाल जी। सत श्रीकाल, आओ बैठो। थैंक यू डिजाइनर। हाँ जी। जा सर वास्ते वधिया चाह फड़ के लेके आ। चाह जी हुणे लेना। ठीक है जी, जौंटी दे केस दी इन्वेस्टिगेशन मैं ही कर रहा हाँ जी। किते कांड तुसी तां नहीं कीता? किहो जिहे गल्लां करदे हो सर, जौंटी मेरे भरावां तों वी वध के आ। मजाक करदा सी, तुसी तां सीरियस ही लै गए। अच्छा समर जी, मैनू इस केस बारे थोड़ा जिहा डिटेल विच दस सकदे हो? हाँ जी बिल्कुल। रिजल्ट तक जौंटी साडे नाल ही सी। सब किसने किया, कदों किया, क्यों किया, किसने कुछ पता नहीं। किसे ते कोई शक? शक तो किसे ते नहीं। चलो देखते हैं कि सप निकलता। चंगा हूं तो आना जाना लग गया ही रहना, जिन्ना टाइम केस नहीं सोल्व होता। चाह बहुत स्वाद से माल पाया जी। की कहा सारे ਜੌਂਟੀ ਨੂੰ ਲੈ ਕੇ ਥੋੜ੍ਹਾ ਜਿਹਾ ਸਦਮੇ 'ਚ ਹੈ। ਮੈਂ ਤਾਂ ਕਰਕੇ ਐਵੇਂ ਦੀਆਂ ਗੱਲਾਂ ਕਰਦਾ। ਮੈਂ ਯਾਦ ਆਉਂਦੇ ਜੀ। ਠੀਕ ਹੈ ਚੱਲ ਵੀ ਦਲੇਰ ਸਿਆ। ਡਿਜ਼ਾਈਨਰ ਜੀ। ਹਾਂਜੀ ਬਾਈ। ਅੱਜ ਤਾਂ ਭੋਰਤੀ, ਜੇ ਅੱਗੇ ਤੋਂ ਇਹੋ ਜਿਹੀ ਗਲਤੀ ਕੀਤੀ ਨਾ ਸੜਦੇ ਸਾਰੇ ਡਿਜ਼ਾਈਨ 'ਚ ਝਾੜ ਦਊਂ। ਸੌਰੀ ਬਾਈ, ਫਲੋਜੇ 'ਚ ਨਿਕਲ ਗਿਆ ਸਾਲਾ। ਫਿਰ ਉਹਦਾ ਉਲਟੀ ਕਰਨ ਲੱਗਿਆ, ਮਿੱਟ ਮਾਰਦਾ। ਚਲੀਏ ਬਾਈ। ਚਲੋ ਓਏ ਚਲ ਹੁਣ। ਮੇਰੇ ਸਾਲੇ ਦੀ ਨੂੰ ਜਦ ਵੀ ਦੇਖਦਾ ਨਿਚੋੜ ਕੇ ਰੱਖ ਦਿੰਦੀ ਹੈ। ਜੌਂਟੀ ਛੱਡ ਯਾਰ, ਸ਼ਰੀਫ ਕੁੜੀਆਂ ਵਿਚਾਰੀ ਤੇਰੀ ਨਹੀਂ ਹੱਥੋਂ ਨਹੀਂ। ਉਹ ਤੂੰ ਮੋਟੀਵੇਸ਼ਨ ਤਾਂ ਕੀ ਦੇਣੀ ਆ, ਤੂੰ ਸਾਲਿਆ ਡਰਾਉਣ ਲੱਗ ਜਾ ਕਰ। ਮੈਂ ਤਾਂ ਤੈਨੂੰ ਸਹੀ ਰਹਿ ਦਿੰਦਾ ਜੌਂਟੀ, ਫਿਰ ਵੀ ਬੰਦਾ ਹੌਸਲਾ ਤਾਂ ਦੇ ਸਕਦਾ। ਚੱਲ ਚੰਗਾ, ਦੇਖ ਲੈ ਫਿਰ ਟਰਾਈ ਬਾਲ ਪਾ ਕੇ ਤੂੰ ਵੀ। ਅੱਛਾ ਚੱਲ ਆ ਪਿੱਛੇ। ਉਹ ਸ਼ਿੱਟੀ ਯਾਰ ਕੁਦਰਤ, ਉਹ ਆਪਣੇ ਪਿੱਛੇ ਆ ਰਹੇ ਨੇ, ਆਪਾਂ ਨੂੰ ਫੋਲੋ ਕਰ ਰਹੇ ਨੇ ਯਾਰ। ਮਨੂ ਪਲੀਜ਼ ਇਗਨੋਰ ਕਰ। ਮੈਂ ਆਰਡਰ ਦੇ ਕੇ ਆਉਂਦੀ ਹਾਂ। ਮੈਨੂੰ ਤਾਂ ਤੂੰ ਜਾਣਦੀ ਹੋ ਜੌਂਟੀ। ਫੇਰ ਕੀ, ਮੈਨੂੰ ਵਧੀਆ ਲੱਗਦੀ ਪਰ ਮੈਨੂੰ ਤੂੰ ਨਹੀਂ ਵਧੀਆ ਲੱਗਦਾ। ਤੈਨੂੰ ਪਤਾ ਵੀ ਹੈ ਕੌਣ ਹੈ? ਤੁਸੀਂ ਸਮਝ ਕੇ ਰੱਖਿਆ ਆਪਣੇ ਆਪ ਨੂੰ ਕੁਦਰਤ। ਕੁਦਰਤ ਪਲੀਜ਼। ਨਹੀਂ ਨਹੀਂ ਮਨੂ, ਬੋਲਣ ਦੇ ਅੱਜ ਮੈਨੂੰ। ਤੁਹਾਨੂੰ ਮੈਨਰਸ ਨਹੀਂ ਕਿ ਕੁੜੀ ਨਾਲ ਕਿਵੇਂ ਗੱਲ ਕਰਦੇ? ਤੁਸੀਂ ਇਸ ਕੈਂਪਸ ਨੂੰ ਆਪਣੇ ਪਿਓ ਦੀ ਜਗੀਰ ਸਮਝਿਆ ਹੋਇਆ? ਮੈਨੂੰ ਤੰਗ ਕਰਨਾ ਬੰਦ ਕਰੋ। ਮੈਂ ਇੱਥੇ ਪੜ੍ਹਨ ਆਉਣੀ ਹੈ, ਤੁਹਾਡੇ ਵਾਂਗੂ ਆਸ਼ਕਿਆ ਕਰਨ ਨਹੀਂ। ਚੱਲ ਮਨੂ। ਜੌਂਟੀ ਚੱਲ ਯਾਰ ਇੱਥੋਂ, ਚੱਲ ਚੱਲ ਬਾਈ ਡਿਜ਼ਾਈਨਰ। ਉਹਦੀ ਮਾਂ ਦੀ, ਉਹਦੀ ਹਿੰਮਤ ਕਿਵੇਂ ਹੋਈ ਮੈਨੂੰ ਜਵਾਬ ਦੇਣ ਦੀ? ਜਿੱਥੇ ਸਾਡੀ ਬੇਇੱਜ਼ਤੀ ਹੋਈ ਆ ਉਸੇ ਥਾਂ ਤੇ ਨੰਗੀ ਕਰੂੰ ਸਲੀ ਨੂੰ। ਉਹ ਬਸ ਕਰ ਭਰਾਵਾ, ਪੈ ਜਾ ਕੇ ਕੱਲ ਦੀ ਕੱਲ ਦੇਖ ਲਾਂਗੇ। ਜੌਂਟੀ ਭਾਈ ਟੈਨਸ਼ਨ ਲੈਣੇ ਕਾ ਨਹੀਂ, ਟੈਨਸ਼ਨ ਦੇਣੇ ਕਾ। ਵਾਟ ਲਗਾ ਦੇਂਗੇ ਸਲੀ ਕੀ ਵਾਟ। ਹਮ
छड़ता नहीं सारियां दे सामने जलील करूं सली नूं डीएनर जोंटी ले रूम च बस बहुत हो गया जोंटी भाई जोंटी चल खड़ा खड़ा जोंटी खड़ा चलो नहीं नहीं करते होल्ड इन आई टेल ऑफ छड़ता नहीं भाई होल्ड यू चलो संजय दत्त संजय कुमार आप ही पाइए यार जाके खुद नू नहीं पता मेरे विच इन्नी हिम्मत ते दलेरी कित्थों आ गई गुस्से च की बोल गई हुण अग्गे की होना है रब ही जानदा है कुदरत तेनू फ्रेंड होण दे नाते एक सलाह दवां की तू ए यूनिवर्सिटी छड्ड के पिंड चली जा क्यों मनु मैं एहो जो भी की गुनाह कर दिता कुदरत ओ जानवरां तो भी वत्त के ने की पता कदों किथे की करदे दीदी मनु दी सही कह रहे ने सारी यूनिवर्सिटी ओना दे गुंडा राज है तुसी सचरे सचरे चले जाओ वाह ए मेरा रब्बा मेरा भारत महान मेरा भारत वाकई महान है जिथे आजादी नु नी गुलामी नु बढ़ावा दिता जांदा है औरत नु औरत होण दा शराब दिता जांदा है आई नो तुसी अपनी जगह सही हो मेरे पले ले ही कह रहे हो पर मैं अपने डैड दे सपनियां नु मार भी नहीं सकती मनु अपना लास्ट ईयर है तू खुद दस एक छोटी जी गल पीछे एदा आदविच कार छड़ के किवें चली जावां सर टॉपिक शुरू कर लेंदे ने पर एक्सप्लेन नहीं करना होता सही गल है यार मैनू भी ना नींद आने लग जाती है संधु सर दे लेक्चर च प्लीज यार कोई होर गल करो कितना बोर कर रही हो तुसी मनु तू स्टडी तो इतना भजदी क्यों है देख एमए पीएचडी करके भी रहना तो बेरोजगारी है की फायदा फिर फालतू दिया टेंशन लेन दा ओह अच्छा कितनी इंटेलिजेंट हो गई है मेरी फ्रेंड तू केड़ा घट इंटेलिजेंट है बैठो तन्ना नहीं बैठना क्लास दी बोलो तो लग गया देखने कोशिश की ठीक ठाक करा दू कर प्लीज मेनू जान दो तेन बेइज्जती करने का बहुत शौक है चल जे चीखी या चलाने की कोशिश करती है तो सौ तेरे प्यो दी हथी छोड़ दूं चल प्यार कर जोटी छड़ ना गल सुनो भी डियर स्टूडेंट्स इत्थे किसी ने कुछ नहीं देखा जे बड़ा ना हक जा जताने की कोशिश की इत्थे हक हलाल कर देंगे अज तो बाद यूनी च मैनू कितने भी दिखाई दी ना तो तेरे नाल ही कुछ हो क्योंकि जिम्मे जिम्मे तू मैनू दिखाई देंगी मेरे प्यार दा असर वध जाए छोटी छड़ इन चल तेनू रोन का कोई हक नहीं रोंदे ता बेकसूर होंदे ने तू ता फिर भी कसूरवार है तू ता सिर्फ चीख चीख
कमल क्यों कुछ याद आया चल पी एंजॉय कर कम ऑन कमल लेट्स एंजॉय डार्लिंग नहीं नो थैंक्स मेनू ये सब पसंद नहीं है एक मिनट मैं देख के आऊंगी सॉरी मेनू ना कर दिया तेरी मां दी पैग तो तू लाएंगी कमल डार्लिंग जॉन्टी नो ना सुनने की आदत नहीं सॉरी कमल मैनू नहीं पता सी तैनू एहो जिहा माहौल पसंद नहीं है इट्स ओके रितिका जे मैनू पता हुंदा कि नाइट आउट पार्टी इहनां दे नाल है तां मैं कदे वी ना आउंदी डिजाइनर हां जी बहुत चल तू हुण रेस्ट कर लै जे कोई भी प्रॉब्लम हुई तां कॉल मी ठीक है गल सुन मूड बनिया होया तो रितिका नू कवर कर मैं चल मार दा भाई कोई चक्कर नहीं चक देंगे पट्टे समझो रितिका रितिका गल सुनियो चल मैं हुनी आई हाँ डिजाइनर की है यार इत्थे खड़े हो तुसी चलो जो डांस कर दे हाँ हाँ चलो कम ऑन एंजॉय द पार्टी तेनू मनाउण तू गुस्से होके आ गई पैग भी नहीं लाया मैं तेनू कहा ना मैनू ये सब पसंद नहीं प्लीज इत्थों चला जा चुपचाप पी चल रितिका तो उधर डिजाइनर नाल लगी हुई है ओ माय बेबी अभी तो पार्टी शुरू हुई है स्वाद आ गया इन्ना क कम सी सली हुई रौला पाई गई पियोंड दा बहुत शौक है ना चल पी एंजॉय कर जान दिया तेनू
ਏਕਮ ਵੀਰੇ ਮੂੰਹ ਫੜਨਾ ਇਹਦਾ ਚੱਲ ਮੂੰਹ ਖੋਲ ਨਹੀਂ ਨਹੀਂ ਪੀ 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 ਬਸ 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 ਕਮਲ ਸੰਭਾਲ ਆਪਣੇ ਆਪ ਨੂੰ ਹਲੇ ਤਾਂ ਬਹੁਤ ਕੁਝ ਕਰਨਾ ਬਾਕੀ ਹੈ ਥੈਂਕ ਯੂ ਵੀਰੇ ਥੈਂਕ ਯੂ ਵੀ ਕਹਿ ਰਹੀ ਹੈ ਤੇ ਵੀਰਾ ਵੀ ਕਹਿ ਰਹੀ ਹੈ ਝੱਲੀ ਨਾ ਹੋਵੇ ਤਾਂ ਜੌਂਟੀ ਦਾ ਕੈਂਪਸ ਵਿੱਚ ਬਿਹੇਵ ਕਿਹੋ ਜਿਹਾ ਸੀ ਸਰ ਉਹ ਤਾਂ ਬਹੁਤ ਹੀ ਰੂਡ ਤੇ ਘਟੀਆ ਕਿਸਮ ਦਾ ਇਨਸਾਨ ਸੀ ਅੱਛਾ ਉਹ ਕਿੱਦਾਂ ਸਰ ਸਭ ਨੂੰ ਪਤਾ ਹੈ ਸਿਕਿਉਰਿਟੀ ਗਾਰਡ ਤੋਂ ਲੈ ਕੇ ਵਾਈਸ ਚਾਂਸਲਰ ਤੱਕ ਕਿ ਜੌਂਟੀ ਕਿੰਨਾ ਕੁ ਹੋਣਹਾਰ ਸਟੂਡੈਂਟ ਸੀ ਇਹ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਸੀ ਅੱਛਾ ਉਹ ਕਿਵੇਂ ਸਰ ਜੌਂਟੀ ਇੱਕ ਨੰਬਰ ਦਾ ਘਮੰਡੀ ਤੇ ਹੰਕਾਰੀ ਮੁੰਡਾ ਸੀ ਤੇ ਹਰੇਕ ਨਾਲ ਧੱਕਾ ਕਰਨਾ ਉਹਦੀ ਫਿਤਰਤ ਸੀ ਪਰ ਸਰ ਇਹੋ ਜਿਹੇ ਨੀਚ ਬੰਦੇ ਦੀ ਇਨਵੈਸਟੀਗੇਸ਼ਨ ਕਰਨ ਦਾ ਤੁਹਾਨੂੰ ਕੀ ਫਾਇਦਾ ਇਟਸ ਮਾਈ ਡਿਊਟੀ ਬਾਕੀ ਰਹੀ ਗੱਲ ਜੌਂਟੀ ਨੂੰ ਕਿਡਨੈਪ ਕਰਨ ਦੀ ਉਹਨੂੰ ਕਿਸ ਨੇ ਤੇ ਕਿਸ ਦੇ ਸਹਿਯੋਗ ਨਾਲ ਕੀਤਾ ਮੈਂ ਬਹੁਤ ਜਲਦ ਪਤਾ ਕਰ ਹੀ ਲੈਣਾ ਐਨੀਵੇ ਇਸ ਕੇਸ ਬਾਰੇ ਤੁਹਾਨੂੰ ਕੁਛ ਵੀ ਪਤਾ ਲੱਗਿਆ ਤਾਂ ਮੈਨੂੰ ਜ਼ਰੂਰ ਇਨਫੋਰਮ ਕਰਿਓ ਥੈਂਕ ਯੂ ਅਗਲੀ ਵਾਰ ਤੁਸੀਂ ਆਪ ਡਬਲ ਆਰਡਰ ਕਰਨਾ ਥੈਂਕ ਯੂ ਆਉਣਾ ਕਦੇ ਟਾਈਮ ਕੱਢ ਕੇ ਕਦੇ ਮਿਲ ਕੇ ਕਰਦੇ ਹਾਂ ਗੱਲ ਓਕੇ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਲਉਂਗੇ ਨਹੀਂ ਬਾਈ ਥੈਂਕ ਯੂ ਜੀ ਕੁਛ ਨਹੀਂ ਉਹ ਸੰਗੋ ਨਾ ਵੈਸੇ ਤਾਂ ਮੈਨੂੰ ਪਤਾ ਹੀ ਹੈ ਬਾਈ ਜੇ ਗੱਲ ਤਾਂ ਮੁਕਾ ਲਓ ਕੁਛ ਹੈਲੋ ਪਟੇਲ ਪਾਰਟੀ ਅਸਮਾਨ ਭੇਜੋ ਛੇਤੀ ਹੋਰ ਫਿਰ ਹਾਂ ਸੱਚ ਉਹ ਇੰਸਪੈਕਟਰ ਕੁਛ ਕਰ ਰਿਹਾ ਕਿ ਨਹੀਂ ਪਤਾ ਨਹੀਂ ਬਾਈ ਜੀ ਕੁਛ ਸਮਝ ਨਹੀਂ ਆ ਰਿਹਾ ਮੈਨੂੰ ਤਾਂ ਇਹ ਰਾਜਨੀਤੀ ਅਤੇ ਬਿਜ਼ਨਸ ਨਾ ਗਰਮ ਖੂਨ ਦੇ ਬੰਦਿਆਂ ਦਾ ਕੰਮ ਨਹੀਂ ਇੱਕ ਇੱਕ ਕਦਮ ਸੌ ਸੌ ਵਾਰੀ ਸੋਚ ਕੇ ਪੁੱਟਣਾ ਪੈਂਦਾ ਅਤੇ ਮੇਰਾ ਜੌਂਟੀ ਭਰਾ ਵੀ ਥੋੜ੍ਹਾ ਜਿਹਾ ਕੁਝ ਜ਼ਿਆਦਾ ਹੀ ਗਰਮ ਖੂਨ ਦਾ ਹੈ ਵੈਸੇ ਇਹਦੇ ਵਿੱਚ ਉਹਦਾ ਵੀ ਕੋਈ ਕਸੂਰ ਨਹੀਂ ਕਸੂਰ ਹੀ ਮੇਰਾ ਹੈ ਅਤੇ ਭੁਗਤ ਵੀ ਤਾਂ ਮੈਂ ਹੀ ਰਿਹਾ ਹਾਂ ਸੱਚ ਉਹ ਕੈਂਪਸ 'ਚ ਤੁਹਾਡੇ ਬਰਾਬਰ ਦਾ ਉਹ ਗਰੁੱਪ ਕਿਹੜਾ ਹੈ ਨਹੀਂ ਬਾਈ ਕੋਈ ਵੀ ਕੋਈ ਵੀ ਨਹੀਂ ਸਾਰੇ ਪਾਸੇ ਆਪਣੀ ਡੰਕਾ ਵੱਜਦਾ ਇਸੇ ਗੱਲ ਦੀ ਤਾਂ ਸਮਝ ਨਹੀਂ ਆ ਰਹੀ ਸਮਰ ਕੁਛ ਕਰੋ ਯਾਰ ਮੈਨੂੰ ਮੇਰਾ ਭਰਾ ਜੌਂਟੀ ਚਾਹੀਦਾ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਹੋਣਾ ਤੁਸੀਂ ਪੈਸੇ ਦੀ ਟੈਨਸ਼ਨ ਨਾ ਲਓ ਉਹ ਮੇਰੀ ਟੈਨਸ਼ਨ ਬਸ ਮੈਨੂੰ ਮੇਰਾ ਭਰਾ ਲਿਆ ਕੇ ਦੇ ਦਿਓ ਬਾਈ ਤੁਸੀਂ ਟੈਨਸ਼ਨ ਨਾ ਲਓ ਅਸੀਂ ਜ਼ਰੂਰ ਲੈ ਕੇ ਆਵਾਂਗੇ ਬਾਈ ਮੁੰਡੇ ਨੂੰ ਤਾਂ ਮੈਂ ਕੰਮ 'ਤੇ ਲਾਇਆ ਹੋਇਆ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਨੇ ਹੁਣ ਵੀ ਕਿਤੇ ਨਾ ਕਿਤੇ ਉਹਨੂੰ ਲੱਭ ਹੀ ਰਹੇ ਨੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਜੋ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ 'ਤੇ ਇੱਥੇ ਸਾਰੇ ਜਣੇ ਇਕੱਠੇ ਹੋਏ ਹੋ ਆਪਣੇ ਇੱਥੇ ਇਕੱਠੇ ਹੋਣ ਦਾ ਮਕਸਦ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੌਂਟੀ ਕਿਸੇ ਸਾਜਿਸ਼ ਦਾ ਸ਼ਿਕਾਰ ਹੋ ਗਿਆ ਅਤੇ ਜਦੋਂ ਤੱਕ ਜੌਂਟੀ ਵਾਪਸ ਨਹੀਂ ਆ ਜਾਂਦਾ ਉਦੋਂ ਤੱਕ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਕੈਂਪਸ ਦਾ ਪ੍ਰਧਾਨ ਗੁਰਪਿੰਦਰ ਗੋਲੀ ਨੂੰ ਐਲਾਨ ਕਰਦਾ ਗੋਲੀ ਪ੍ਰਧਾਨ ਜਿੰਦਾਬਾਦ ਗੋਲੀ ਪ੍ਰਧਾਨ ਜਿੰਦਾਬਾਦ ਗੋਲੀ ਪ੍ਰਧਾਨ ਜਿੰਦਾਬਾਦ ਤਾੜੀਆਂ 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 ਕੁਰਪਿੰਦਰ ਗੋਲੀ ਤੁਹਾਡੇ ਸਾਰਿਆਂ ਨਾਲ ਦੋ ਸ਼ਬਦ ਸਾਂਝੇ ਕਰਨਗੇ ਸਭ ਤੋਂ ਪਹਿਲਾਂ ਤਾਂ ਮੈਂ ਸਮਰ ਬਾਈ ਤੇ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਦੇ ਕਾਬਲ ਸਮਝੇ ਮੈਨੂੰ ਇਸ ਦੀ ਰੱਤੀ ਭਰ ਵੀ ਖੁਸ਼ੀ ਨਹੀਂ ਸਗੋਂ ਬਹੁਤ ਜ਼ਿਆਦਾ ਦੁੱਖ ਹੈ ਜੌਂਟੀ ਦਾ ਇਸ ਤਰ੍ਹਾਂ ਕਿਡਨੈਪ ਹੋ ਜਾਣਾ ਸਾਡੇ ਸਾਰਿਆਂ ਲਈ ਬਹੁਤ ਵੱਡਾ ਸਵਾਲ ਬਣਿਆ ਹੋਇਆ ਇਹ ਘਿਨਾਉਣੀ ਹਰਕਤ ਕਿਸਨੇ ਅਤੇ ਕਿਉਂ ਕੀਤੀ ਇਹਦਾ ਤਾਂ ਅਸੀਂ ਬਹੁਤ ਜਲਦੀ ਪਤਾ ਲਵਾ ਹੀ ਲਵਾਂਗੇ ਬਾਕੀ
ਤੁਸੀਂ ਸਾਰੇ ਇਸੇ ਤਰ੍ਹਾਂ ਸਾਥ ਦਿੰਦੇ ਰਹੋ, ਸਭ ਦਾ ਬਹੁਤ ਧੰਨਵਾਦ। ਜੈ ਹੋ ਜੈ ਹੋ ਗੋਲੀ ਪ੍ਰਧਾਨ, ਜੈ ਹੋ ਜੈ ਹੋ। ਓਏ ਆ ਕੀ ਕਹੀ ਜਾਂਦੇ ਹੋ, ਨਾਲੇ ਆ ਰੰਗਰਲੀਆਂ ਮਨਾਉਣ ਦਾ ਟਾਈਮ ਨਹੀਂ ਹੈਗਾ। ਜਿਹੜਾ ਤੁਹਾਡਾ ਬਾਪ ਗਾਇਬ ਹੋਇਆ ਨਾ, ਉਹਦੇ ਬਾਰੇ ਸੋਚੋ, ਉਹਨੂੰ ਲੱਭੋ ਪਹਿਲਾਂ ਜਾ ਕੇ। ਸਾਲੇ ਬਕਵਾਸ ਕਰੀ, ਲੱਗਦਾ ਮੈਨੂੰ ਹੀ ਕਰਨਾ ਪੈਣਾ ਕੁਛ। ਜਿੱਤੇ ਅੱਜ ਆਪਾਂ ਬਾਈਕ ਕੋਲ ਚੱਲ ਕੇ ਆਉਣਾ। ਗੋਲੀ ਬਾਈ ਸਤਿ ਸ਼੍ਰੀ ਅਕਾਲ। ਬਾਈ ਮੈਂ ਤਾਂ ਕਹਿੰਦਾ ਜੀ ਪ੍ਰਧਾਨ ਸਾਹਿਬ ਬਣੀ ਤੁਹਾਡੇ ਲਈ ਹੈ, ਚਾਹੇ ਅੱਗੇ ਲਾ ਲਓ ਪ੍ਰਧਾਨ ਗੋਲੀ, ਚਾਹੇ ਪਿੱਛੇ ਲਾ ਲਓ ਗੋਲੀ ਪ੍ਰਧਾਨ। ਜਮਾਂਡ ਗੱਲ ਬਾਤ ਹੋ ਗਿਆ ਬਾਈ, ਫੂਕ ਛਕਾਉਣੀ ਬੰਦ ਕਰੋ, ਕੰਮ ਦੱਸੋ ਕੀ ਹੈ। ਬਾਈ ਜਿੱਤੇ ਆ, ਇੱਕ ਚੱਕਮੀ ਜੀ ਪਾਰਟੀ ਤੋਂ ਬਣਤੀ ਹੈ। ਦੇਖੋ ਪ੍ਰਧਾਨ ਸਾਹਿਬ, ਅਸੀਂ ਆਪਣਾ ਪੂਰਾ ਜ਼ੋਰ ਲਾ, ਉਹ ਸਾਡਾ ਨਾਰੇ ਲਾਲਾ ਥੁੱਕ ਮੁੱਕ ਗਿਆ, ਪਾਰਟੀ ਸਾਨੂੰ ਤਾਂ ਵੀ ਨਹੀਂ ਮਿਲੀ। ਡਿਜੈਨਰ ਬਾਈ ਡਿਜੈਨਰ ਕੀ ਕਹਿੰਦੇ, ਪਾਰਟੀ ਬੋਲ ਦਿਓ, ਪਾਰਟੀ ਬੋਲ ਦਿਓ। ਗੋਲੀ ਬਾਈ ਫਿਰ ਬਣਾ ਲਏ ਨੇ ਆਥਨੇ ਪ੍ਰੋਗਰਾਮ। ਉਹ ਸੁਣਿਆ ਬਾਈ ਤਾਂ ਕਹਿ ਕੇ ਗਿਆ ਵੀ ਰੰਗ ਰਲੀਆਂ ਮਨਾਉਣੀਆਂ ਨਹੀਂ, ਉਹਨੂੰ ਕਿਹੜਾ ਪਤਾ ਲੱਗਣ ਦੇਣਾ ਆਪਾਂ। ਚਲੋ ਕਰੋ ਇੰਜੋਏ। ਹਾਂ ਬਾਈ, ਇਹ ਸੜੇ ਇੰਨੇ ਸੱਚੀ ਖੁਸ਼ ਨੇ ਕਿ ਡਰਾਮਾ ਕਰ ਰਹੇ ਨੇ ਓਏ। ਉਹ ਬਾਈ ਤੁਸੀਂ ਕੀ ਲੈਣਾ, ਤੁਸੀਂ ਚੱਲ ਮਾਰੋ ਚੱਲ।
हेलो हाँ जी भाई जी हाँ गोली कितने हो कोठी वाले आ रहे जी तुसी कितने हो मैं कोठी हूँ छेदी आ आगे जी आगे बस डी अंदर ओ डी अंदर ओ डी अंदर कौन है रे मामू इसके बहन की सलेख सालिया काट डाफ लेंदा ओ खिलाड़ी भाई उल्टी ना कर दी उन गड्डी चल करूं मैं करूं ये मेरा मन किता मैं मूत भी करूं साला पहला बाई बाई करता सी हुन मूत नु करदा टाटा पुत ता माफ करदा ना तेनू ओए अतवादी ओए अतवादी नहीं ओ अतवादी ना क्या कर रे ना साले में लेते दे कर जे मैं अमेरिका याले आ गए ओए तेनू हुन गोली मारन गे गोली चुप करके नहीं जाने रोड से ला देंगे हेलो हेलो कोई हैगा मेरे पेशाब का जोर पिया पेशाब जाना पैर कोई हैगा मैं पेशाब जाना मेरे पेशाब का जोर पिया मैं पेशाब जाना और मेरे गोली मार दो पैर जॉन्टी निकल रहे ने फिर वाटा कमल आ पानी सॉरी थोड़ा लेट हो गए तेरे डिनर दे चक्कर पर की करिए तेरी चॉइस भी ता सब तो लग है बहुत औखा मिले तेरा पसंदीदा खाना आ की होए साले आप वेट नहीं कर सकता सी चलो कोई गल नहीं वीरे एनू भुख लगी होनी है तू खाना परोस दे एनू कहंदे इंसानियत भुख लगी होए हाँ बहुत पर मैनू पहला कपड़े चेंज कर लेण दे क्यों भुआ कोले आया साल्या जिन्ने दिन साडे कोले ना इन्हां कपड़ियां च ही रहेगा एडजस्ट करना सीख चल डिनर कर प्लीज मैनू जाण दिओ तुसी जो कहोगे मैं करूंगा अच्छा चल पहला डिनर कर ए किया खाके देख लै तेरा खाना है कमला वीडियो बना फेसबुक ते पावांगे आके सब पता ता लगे बड़े घर दे काके खाना किवें खांदे ने चल खा मैनू गोली मार दो इधर ना करो प्लीज ओ बल्ले ओ चलाक सज्जना इत्थे अमलां दे होने ने नबेड़े किसे ना तेरी जात पुछनी ओ गोली नहीं ओए गोहा खा ਤੁਸੀਂ ਮੈਨੂੰ ਪੈਸੇ ਦੱਸੋ ਕਿੰਨੇ ਚਾਹੀਦੇ ਨੇ ਮੈਂ ਦੇ ਦੂੰ ਪਰ ਪਲੀਜ਼ ਮੈਨੂੰ ਜਾਣ ਦਿਓ ਤੈਨੂੰ ਪਤਾ ਹੈ ਡਿਨਰ 'ਚ ਗੋਹਾ ਕਿਉਂ ਚੂਜ਼ ਕੀਤਾ ਤੇਰੇ ਲਈ ਤੇਰੀ ਜਿਹੜੀ ਸ਼ਕਲ ਹੈ ਨਾ ਉਹ ਟੱਟੀ ਵਾਲੇ ਭੂੰਡ ਨਾਲ ਮਿਲਦੀ ਹੈ ਸਾਨੂੰ ਤੇਰੇ ਤੇ ਭੂੰਡ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਤਾਂ ਕਰਕੇ ਅਸੀਂ ਸੋਚਿਆ ਜੇ ਤੈਨੂੰ ਰੋਟੀ ਖਵਾਤੀ ਕਿਤੇ ਤੋਂ ਬਿਮਾਰੀ ਨਾ ਹੋ ਜਾਏ ਚੱਲ ਖਾ ਪਲੀਜ਼ ਪਰ ਵੀਰੇ ਇਹਦੇ ਤਾਂ ਹੱਥ ਬੰਨੇ ਆ ਤੁਸੀਂ ਉਹ ਖਵਾ ਦਿਓ ਇਹਨੂੰ ਮੈਂ ਤਾਂ ਭੁੱਲੇ ਗਿਆ ਸੀ ਟੱਟੀ ਵਾਲੇ ਭੂੰਡ ਦੇ ਤਾਂ ਹੱਥ ਬੰਨੇ ਹੋਏ ਐ ਚੱਲ ਮੈਂ ਕਰਾਉਣਾ ਡਿਨਰ ਕਮਲ ਫੜਤਾ ਜਰਾ ਚੱਲ ਮੂੰਹ ਖੋਲ ਮੂੰਹ
तू तू अचानक किवें? थोड़ा फोन नहीं लग रहा सी, पूरे एक घंटे तो ट्राई कर रही हूँ। हाँ, नेटवर्क प्रॉब्लम शो कर रहा है। मैनू तो टेंशन हुई पई सी। तू टेंशन ना लिया कर कुड़िए, आपां नू कुछ नहीं हुंदा। चल तैनू प्रेजिडेंट साहब दे दर्शन कराइए। सही है, तू सोचता होवेगा मैं कौन। तू नहीं मैनू जानता, मैं तेनू चंगी तरह जानती हूं, पर जिनू तू जानता सी ओ भी तेनू चेते करावांगे। चलो ए एक्सेप्ट कर, तू आदमी नहीं जानवर, ना जानवर भी नहीं, उस तो भी निचली कैटेगरी का गंद है, जिदा रहना खाना पीना गंदगी तो शुरू हुंदा ते गंदगी ते खत्म हुंदा। चल बोल बोल सारिया, जे ना बोलिया तो तेरी पेशाब वाली नाली कट दूं, सारी उम्र पेशाब करने नूं तरसेंगा। बोल बोल काम, वीडियो बनाई थी। मैं इंसान नहीं जानवर भी नहीं, मैं जानवर तो भी नीचे दी कैटेगरी दा बीज, मैं गंद, मैं हर रोज गोहा खाना मूत पीना, यही मेरी रोजाना दी खुराक है, क्योंकि मेरी सोच गंदी है। बस बस कमल बहुत है, असल विच ना यही तेरी औकात है। कमल वीडियो किवें बनी है? आ देख लो वीर जी, सोहनी बनी है। मैं इंसान नहीं जानवर भी नहीं, मैं जानवर तो भी नीचे दी कैटेगरी दा बीज। हुण बनी है गल। अतवादी ना क्या कर यार, बंदे ठोक, मैं पिछो निकल के तेरे गोली मारूंगा। कर कर पिछे कर पिछे कर, तू ना मार डिजाइनर, तू ना मार डिजाइनर, गोली मारूंगा, रिवाइव कर दो कोई। रोजी अपना देश तो तरक्की क्यों नहीं कर रहा? हाँ पता है, जिमें अपने कैंपस की वागडोर है ना बंदर के हाथ फड़ाई हुई है ना, उ अपने देश की फड़ाई हुई है। ओए इन्होंने तो गांधी दे तिने बंदर भी उल्टा करता, कहते बुरा सुनो बुरा देखो ते बुरा बोलो ते तरक्की थोड़े पैरों च। डोंट वरी, बंदर कि जटपूसियां मार लैन गए, स्टूडेंट्स हूँ जाग रहे ने। जे जाग रहे ने तो चंगी गल है, नहीं तो सरकार ने जिहड़ा GST वाला रूल लागू किया ना, एक दिन सच बोलने दे भी टैक्स ला देना। गल तो तेरी ठीक है परम भाई, सही कहंदा भाई, बिल्कुल सही गल। है
ਕੂਰਦਾ ਜੀ ਕੀ ਹੈ? ਤੈਨੂੰ ਸੌਣ ਨੂੰ ਕਿਸਨੇ ਕਿਹਾ ਸੀ? ਜਾਗ, ਤੇਰੇ ਨਾਲ ਕਈ ਗੱਲਾਂ ਕਰਨੀਆਂ ਨੇ। ਮੈਨੂੰ ਜਾਣ ਦੇ ਪੈਣੇ। ਕੀ ਕਿਹਾ ਭੈਣ? ਤੇਰੇ ਵਰਗਾ ਗੰਦ ਤਾਂ ਆਪਣੀ ਖਬਰਦਾਰ, ਜੇ ਆਪਣੀ ਗੰਦੀ ਜ਼ੁਬਾਨ ਵਿੱਚੋਂ ਭੈਣ ਸ਼ਬਦ ਕੱਢਿਆ ਤਾਂ ਮੈਨੂੰ ਜਾਣ ਦਿਓ, ਨਹੀਂ ਤਾਂ ਮੈਂ ਪਾਗਲ ਹੋ ਜਾਣਾ। ਜਾ ਹੋ ਜਾ ਪਾਗਲ, ਜਿਸ ਦਿਨ ਪਾਗਲ ਹੋ ਜਾਏਗਾ ਉਸ ਦਿਨ ਤੇਰੀ ਛੁੱਟੀ। ਚੱਲ ਤੈਨੂੰ ਮੇਰੇ ਬਾਰੇ ਦੱਸਾਂ, ਸੱਤੀ ਨੂੰ ਜਾਣਦਾ? ਕੀ ਕਿਹਾ? ਉਹੀ ਜਿਹੜੀ ਤੁਹਾਡੀ ਕੋਠੀ ਵਿੱਚ ਹਰ ਰੋਜ਼ ਖਾਣਾ ਬਣਾ ਕੇ ਜਾਂਦੀ ਸੀ, ਉਹ ਸੱਤੀ। ਯਾਦ ਆਇਆ ਕੁਛ? ਰਜਿੰਦਰ ਲੈ ਆਓ ਸੰਜੀ। ਘਰ ਦੀ ਕੱਢੇ ਵੀ ਘਰ ਦੀ ਕੱਢੀ ਹੁੰਦੀ ਆ, ਸੀਨਾ ਚੀਰਦੀ ਜਾਂਦੀ ਆ। ਸਹੀ ਬੋਲਾ ਭਾਈ, ਸਮਾਨ ਵੀ ਤਾਂ ਚੁਣ ਚੁਣ ਕੇ ਡਾਲਾ ਹੈ ਨਾ ਜਿੱਤੇ। ਹਾਂ ਬਾਈ, ਚੱਕ ਸਾਲਿਆ, ਤੇਰਾ ਪੈ ਗੋਵੇਂ ਦੋਵੇਂ ਪਿਆ। ਬਾਈ ਤੈਨੂੰ ਪਤਾ ਹੀ ਹੈ ਮੇਰੇ ਬਿਨਾਂ ਚਿਕਨ ਤੋਂ ਲੰਘਦੀ ਨਹੀਂ। ਬੂੰਦੀ ਪਤਾ ਨਹੀਂ ਕਿੱਥੇ ਰਹਿ ਗਿਆ। ਓਏ ਆ ਜਾਂਦਾ ਬੂੰਦੀ ਵੀ, ਐਡੀ ਵੀ ਕੀ ਅੱਗ ਲੱਗੀ ਹੈ। ਲੈ ਆ ਗਿਆ, ਲੈ ਜਿੱਤੇ ਬਾਈ, ਲਿਆ ਲਿਆ ਲਿਆ, ਬਹੁਤ ਮੁਸ਼ਕਿਲਾਂ ਲੈ ਕੇ ਆਇਆ ਨਕ ਪਾ ਕੇ ਪਲੇਟ 'ਚ। ਏ ਜੀ ਮੇਰੇ ਕੋ ਭਾਈ ਕੋ ਲੱਗ ਪੀਸ ਡਾਲਨੇ ਕੋ। ਬੁੰਦੀ। ਹਾਂ ਬਾਈ, ਜੇ ਸਲਿਆ ਹੁਣ ਕੁੜੀ ਦਾ ਇੰਤਜ਼ਾਮ ਕਰ ਦੇਵੇ ਨਾ ਸਵਾਦ ਆ ਜੇ। ਗੋਲੀ ਵੀਰੇ ਮੇਰੀ ਗੱਲ ਸੁਣਿਓ। ਹਾਂ ਹਾਂ ਆਉਣਾ ਇੱਕ ਮਿੰਟ। ਗੋਲੀ ਇਹ ਵੀ ਚੱਲ ਜੂ। ਜੋਟੀ ਕਿਹੋ ਜਿਹੀਆਂ ਗੱਲਾਂ ਕਰਦਾ ਯਾਰ, ਉਹ ਆਪਣੀ ਕੋਠੀ 'ਚ ਕੰਮ ਕਰਦੀ। ਮੈਂ ਕਿਹੜਾ ਕਹਿੰਦਾ ਵੀ ਇਕੱਠਾ ਕਰਦੀ ਹੈ, ਮੇਰੇ ਵਾਸਤੇ ਸਾਰੀਆਂ ਇੱਕ ਬਰਾਬਰ ਨੇ, ਕੰਮ ਚਾਹੇ ਉਹ ਹੋਵੇ ਚਾਹੇ ਆ। ਡਿਜਿੰਦਰ ਸਮਝਾ ਯਾਰ ਮਾੜਾ ਮੋਟਾ। ਭਾਈ ਇੱਕ ਪੈਗ ਔਰ ਲਗਾਣੇ ਕਾ। ਚੁੱਪ ਕਰ, ਤੁਸੀਂ ਆਪਣਾ ਇੰਜੋਏ ਕਰੋ, ਮੈਂ ਆਪਣਾ ਇੰਜੋਏ ਕਰਦਾ। ਭਾਈ ਵੀ ਆਪਣੀ ਤਰ੍ਹਾਂ ਜਿੱਦੇ ਸਾਲਾ, ਚੇ ਡਰੇਗਾ, ਮਾਰ ਡਰੇਗਾ, ਕਰ ਡਰੇਗਾ, ਫਾ ਡਰੇਗਾ। ਏ ਬੁੰਦੀ ਜੀ ਬਾਈ ਪੈਕ ਡਾਲੇਗਾ। ਆਜੋ, ਕੀ ਚਾਹੀਦਾ? ਪੈਸੇ ਚਾਹੀਦੇ ਸੀ ਵੀਰੇ। ਜੌਂਟੀ, ਜੌਂਟੀ ਆ ਨਾਮ ਮੇਰਾ, ਇੱਕ ਮਿੰਟ ਦੰਨਾ। ਕੁੰਡੀ ਕਿਉਂ ਲਾ ਰਹੇ ਹੋ ਵੀਰੇ? ਜੌਂਟੀ ਇਹ ਸਲਾ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ। ਜੋਟੀ ਦਰਵਾਜ਼ਾ ਖੋਲ, ਜੋਟੀ ਦਰਵਾਜ਼ਾ ਖੋਲ, ਜੋਟੀ ਜੋਟੀ ਦਰਵਾਜ਼ਾ ਖੋਲ, ਜੋਟੀ ਜੋਟੀ ਉਹ ਖੋਲਣਾ ਕਿਉਂ ਨਹੀਂ? ਸਾਰਾ ਮੂਡ ਖਰਾਬ ਕਰਤਾ। ਜੋਟੀ ਕੀ ਕਰੀ ਜਾਂਦਾ? ਦਰਵਾਜ਼ਾ ਖੋਲ। ਕੀ ਹੋਇਆ? ਕੀ ਗੱਲ? ਡੈਡ ਬੋਡੀ ਨੇ ਦੇਖੀ ਕਦੇ? ਚੱਕੋ ਸਾਲੀ ਨੂੰ, ਦੱਬ ਦੋ ਜਾ ਕੇ, ਮੂਡ ਖਰਾਬ ਕਰਕੇ ਰੱਖਦਾ ਸਾਲੀ। ਇਹਨੂੰ ਵੀ ਪਤਾ ਹੋਣਾ ਚਾਹੀਦਾ ਆਖਿਰ ਦਰਦ ਕੀ ਚੀਜ਼ ਹੈ।
ਚੰਨੀ ਇਹਨੂੰ ਮੁਕਤੀ ਮਿਲ ਜਾਵੇ, ਇਹ ਤਾਂ ਇਹੀ ਚਾਹੁੰਦਾ ਕਦੋਂ ਦਾ। ਤੂੰ ਸ਼ਾਂਤ ਹੋ ਜਾ, ਮੈਂ ਤੇਰੀਆਂ ਫੀਲਿੰਗਸ ਨੂੰ ਸਮਝਦਾ ਤੇ ਕਦਰ ਵੀ ਕਰਦਾ, ਇਹਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ। ਚੱਲ ਬਹਿ ਜਾ ਕੁਰਸੀ 'ਤੇ। ਕਮਲ ਪਾਣੀ ਲਿਆ ਕੇ ਦੇਈ ਪ੍ਰੀਤ, ਬਚ ਗਿਆ ਸਾਲਿਆ, ਹੋ ਗਿਆ ਸੀ ਕਿਰਿਆ ਕ੍ਰਮ ਤੇਰਾ। ਓਏ ਹੋਏ ਹੋਏ, ਖੂਨ ਨਿਕਲ ਰਿਹਾ, ਲੱਤਾਂ ਗੋਡੇ ਗੋਡੇ ਵੀ ਦੁੱਖ ਰਹੇ ਹੋਣੇ। ਚੱਲ ਤੂੰ ਵੀ ਕੀ ਯਾਦ ਰੱਖੇਗਾ, ਤੇਰਾ ਕਿਸੇ ਦਰਿਆ ਦਿਲ ਬੰਦੇ ਨਾਲ ਵਾਹ ਪਿਆ ਸੀ, ਤੇਰੇ ਕੋਲ 15 ਮਿੰਟ ਨੇ, ਭੱਜ ਸਕਦਾ ਭੱਜ ਲੈ। ਵੀਰੇ ਇਹ ਕੀ ਕਰ ਰਿਹਾ ਤੂੰ? ਆਜ਼ਾਦ ਕਰ ਰਿਹਾ, ਦੇਖਦੇ ਹਾਂ ਹੁੰਦਾ ਕਿ ਨਹੀਂ। ਮੈਂ ਇਸ ਨੂੰ ਇੱਥੇ ਕੋਈ ਕਦਮ ਨਹੀਂ ਪੁੱਟਣ ਦੇਣਾ, ਅੱਜ ਮਾਰ ਦੇਣਾ ਇਹਨੂੰ। ਬਸ ਤੇ ਲੈ ਕੋ ਤਮਾਸ਼ਾ ਦੇਖੋ, ਤਾਂ 15 ਮਿੰਟਾਂ ਦੀ ਖੇਡ ਹੈ। ਜੌਂਟੀ ਚੱਲ, ਨਿਕਲ ਸਕਦਾ ਤਾਂ ਨਿਕਲ। ਕੀ ਹਾਲ ਹੈ ਦੋਸਤ? ਵਧੀਆ ਸਰ, ਪਰ ਮੈਂ ਤੁਹਾਨੂੰ ਪਛਾਣਿਆ ਨਹੀਂ। ਮਿਸਟਰ, ਇਹ ਖਾਕੀ ਵਰਦੀ ਨੂੰ ਪਛਾਣੋ, ਸ਼ਾਇਦ ਪਤਾ ਤਾਂ ਲੱਗ ਹੀ ਗਿਆ ਹੋਣਾ ਨਾ। ਇੱਦਾਂ ਤਾਂ ਪਛਾਣ ਲਿਆ ਜੀ, ਪਰ ਤੁਸੀਂ ਮੈਨੂੰ ਰੋਕਿਆ ਕਿਉਂ ਹੈ ਜੀ? ਐਂ ਕਰਕੇ ਦਲੇਰ ਜੀ ਸਰ, ਐਕਚੁਅਲੀ ਅਸੀਂ ਰਸਤਾ ਭੁੱਲ ਗਏ, ਕਾਨੇ ਕੇ ਪਿੰਡ ਜਾਣਾ। ਸਰ ਤੁਸੀਂ ਸਹੀ ਜਾ ਰਹੇ ਹੋ, ਇੱਥੋਂ 6 ਕਿਲੋਮੀਟਰ ਕਾਨੇ ਕੇ ਪਿੰਡ ਹੈ ਜੀ, ਇਸ ਤੋਂ ਅਗਲਾ ਪਿੰਡ ਉਹੀ ਹੈ ਜੀ। ਫਿਰ ਤਾਂ ਘਰ ਦਾ ਵੀ ਪਤਾ ਹੋਣਾ, ਗੁਰਮੁਖ ਸਿੰਘ ਦਾ, ਜਿਹਦੀ ਕੁੜੀ ਕੁਦਰਤ ਚੰਡੀਗੜ੍ਹ ਪੜ੍ਹਦੀ ਸੀ। ਨਹੀਂ ਨਹੀਂ ਸਰ, ਮੈਂ ਨਹੀਂ ਜਾਣਦਾ ਜੀ, ਮੇਰਾ ਤਾਂ ਆਹੀ ਪਿੰਡ ਹੈ ਜੀ। ਤੇ ਫਿਰ ਕੁਛ ਪਤਾ ਕਰਨ ਦੀ ਕੋਸ਼ਿਸ਼ ਕਰ ਦਲੇਰ ਜੀ। ਸਰ ਓਕੇ ਮਿਸਟਰ ਏਕਮ, ਏਕਮ ਥੈਂਕ ਯੂ, ਚੱਲ ਦਲੇਰ। ਚਲੋ ਸਰ।
ਪੁਲਿਸ ਵਾਲੇ ਨੇ। ਸਤਿ ਸ਼੍ਰੀ ਅਕਾਲ ਗੁਰਮੁਖ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਧ, ਆਓ ਬੈਠੋ। ਇਸ ਨੂੰ ਤੁਸੀਂ ਜਾਣਦੇ ਹੋ? ਹਾਂ ਹਾਂ, ਇਸੇ ਕਮੀਨੇ ਕਰਕੇ ਤਾਂ ਮੇਰੀ ਬੱਚੀ ਦੀ ਜ਼ਿੰਦਗੀ ਖਰਾਬ ਹੋਈ ਹੈ। Excuse me. Hello. What is your name? Ruhi. Ruhi. Wow. Very nice. Very nice. Room Very nice. Gana. Very nice. Which department? Which? What? इसका कहने का मतलब है आपका डिग्री कौन सा है? Yes. Department. Yeah, yeah, yes, yeah. Yes, yes. Economics first year. And you? And me? Yeah, yeah. You? Me? Finance. Finance. क्या? Pharmacy. Oh, good. Sorry? Oh, nice phone. Same color. Oh, watch too. Same ball. Thank you. It's time to go to class. See you later. Bye-bye. Yeah, sure. Bye. हाँ दस किया। बोल। की होए? हाँ। जब मैं गल कर रहा, तेनू विच बोलने दी की लोड़ सी? हाँ हाँ। तू तो जिमें बड़े लल्लर लाते। ओ देख, तेरी भाभी ना तेरी यार तू। इंप्रेस हो रही सी। भाभी। ਹਿੱਲ ਗਿਆ ਭਾਬੀ। ਮੈਨੂੰ ਪਤਾ ਤੂੰ ਕਿਉਂ ਹੱਸ ਰਿਹਾ। ਤੇਰੇ ਵਰਗੇ ਨਾ ਛੋਟੇ ਲੋਕ ਆ ਜੈਲਸੀ ਫੀਲ ਕਰਦੇ ਆ। ਜੈਲਸੀ? ਓਏ ਭੋਲਿਆ, ਤੇਰੇ ਤੇ ਇਹੋ ਜਿਹੀ ਕੀ ਗੱਲ ਆ ਜਿਹੜਾ ਤੇਰੇ ਤੋਂ ਮੈਂ ਜੈਲਸੀ ਕਰਾਂ? ਹੈ ਓਏ, ਨਾਲੇ ਮੈਨੂੰ ਤੇਰੇ ਤੇ ਤਰਸ ਆਉਂਦਾ ਬਾਬੇ, ਤੇਰੀ ਅੰਗਰੇਜ਼ੀ 'ਤੇ ਤਰਸ ਆਉਂਦਾ। ਆਖੇ ਫਾਰਮੇਸੀ ਨੂੰ ਫਾਈਨੈਂਸ ਹੈ, ਕਮਲਾਈ ਆ ਤੂੰ ਵੀ ਯਾਰ, ਹੈ ਸਾਲਾ ਅੱਤਵਾਦੀ ਨਾ ਹੋਵੇ। ਓਏ ਹੁਣ ਬੋਲ ਸਾਲਿਆ, ਪਾਰਟੀ ਦਾ ਤੈਨੂੰ ਦੇਣੀ ਪਊ। ਹੋਰ ਕਿੰਨਾ ਟਾਈਮ ਬਚੇਗਾ? ਚੱਲ ਪੁੱਤ, ਹੁਣ ਪਾਰਟੀ ਦਿੱਤੇ ਬਿਨਾ ਨਹੀਂ ਸਰ। ਕੀ ਗੱਲ, ਬੜੇ ਸਾਹਸਾਈ ਹੋਏ ਪਏ ਹੋ। ਜਾਨਵਰ ਵੀ ਨੀ, ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ। ਤੂੰ ਕਿਵੇਂ ਚੁੱਪ ਕਰ ਗਿਆ? ਕੀ ਹੋਇਆ? ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਹੈ, ਕਿਉਂਕਿ ਮੇਰੀ ਸੋਚ ਗੰਦੀ ਹੈ। ਮੈਂ ਇਨਸਾਨ ਨਹੀਂ, ਜਾਨਵਰ ਵੀ ਨਹੀਂ, ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ। ਮੈਂ ਗੰਦ, ਮੈਂ ਹਰ ਰੋਜ਼ ਗੋਹਾ ਖਾਂਦਾ, ਮੂਤ ਪਿੰਡਾ, ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਹੈ।
ਜਾ ਖੜ ਜਾ ਤੈਨੂੰ ਮੈਂ ਦੱਸਦਾ 1 ਮਿੰਟ ਯੋ ਮੈਂ ਇਨਸਾਨ ਨਹੀਂ ਜਾਨਵਰ ਵੀ ਨਹੀਂ ਮੈਂ ਜਾਨਵਰ ਤੋਂ ਵੀ ਨੀਚੇ ਦੀ ਕੈਟਾਗਰੀ ਦਾ ਬੀਜ ਮੈਂ ਗੰਦ ਮੈਂ ਹਰ ਰੋਜ਼ ਗੋਹਾ ਖਾਂਦਾ ਬਹੁਤ ਪਿੰਡਾ ਇਹੀ ਮੇਰੀ ਰੋਜ਼ਾਨਾ ਦੀ ਖੁਰਾਕ ਹੈ नहीं तो पंजाब पुलिस का सारा ध्यान ढिड वधाते ही है ओ हेलो माइंड योर लैंग्वेज बदनाम ना कर साडे डिपार्टमेंट नू फड़ के अंदर कर दूं अच्छा जी कर दो फिर कट्टो कट ऐसे बहाने में थोड़ी नजर सामने ही रहूंगी चलो छोटू आई दसो संडे नू मूवी देखन चलिए आपा संडे नू देखदा जा भी सकदा ते नहीं भी जा सकदा हार्टलेस होपलेस रिडिकुलस दुनिया दा सब तो बोरिंग इंसान बाय हेलो 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 सर इन्ना टाइम लगता जूस लेने नू तेरे तो एक कम भी तरीके नाल नहीं होता सॉरी सर दलेर से हां भरजाई दा गुस्सा सब मेरे ते कड्डी जांदे मेरे वल के देखदा जा जूस पी ले हुन मैं इंसान नहीं जानवर भी नहीं हाँ देखो जंटी दिख ले ओह माय गॉड दलेर गिलास रख के आप भज गए हेलो तनवीर जी हाँ जी बलराज जी की हाल है तुहाडा जेड़ी गल दा डर सी ओही हो गया तुहानू जांटी दी क्लिप बारे पता लग्या कुछ हाँ जी हाँ ओही क्लिप देख के हटिया मेरा सारा कुछ ठप हो जाना है कुछ करो तनवीर जी तुसी टेंशन ना लो मैं करदा कुछ हाँ भाई सत श्री अकाल जी जाउटी की क्लिप देखी हाँ भाई देखी साले करवाता ना कांड एक भी कम तुसी ढंग नाल नहीं कर सकते भाई
मैंने तो आप नहीं समझा रहा की हो रहा है। तुसी फिकर ना करो, मैं करदा गल सुन। हाँ जी, वो क्लिप वाली थान नू ध्यान नाल देख ते पता कर जगह कित्थों दी है ते सारे ग्रुप के मुंडिया नू लभण ते ला दे। जे हुण भी ना मिलिया ना तो याद रखी कल्ले कल्ले नू नंगा कर करके कुटूंगा मैं। भाई मैं देख। हाँ गोली। हाँ जी भाई, कितों जी तुसी? तुसी दसो तुसी कितें हो? आसा यूनिवर्सिटी। अच्छा, वो वीडियो क्लिप जी देखी जी चौंटी वाली आई गल? हाँ मैं देखी। अब तू फोन रख, मैं तेरे नाल के गल करता। ठीक है जी भाई। चौंटी भाई गोली भाई क्लिप देखने तो बाद तरिया ही नहीं गया, साढ़े तो होश ही उड़ गए। भाई मैं तो वीडियो देख के चक्कर आ लगे थी। ये तो बेहोश ही हो गया सी जी, आधा घंटा जुत्तियां सुंघाण ते लग गया तां साले नूं होश आया जी, तां ही तां लेट हो गए जी आंदे आंदे। क्यों गप भरी जांदा? मेरा मतलब कहण दा इह है कि जे इहनूं जुत्तियां ना सुंघाउंदा तां इहनूं होश नहीं सी आउणा। तुहाडी पैर नहीं छिकी, जे रोणा सुर च तां रोपो ऐ जंटी भाई। सड़े ओ चुप करो, करो पारख कडनैप होया मरिया नहीं हो कने बैण पाउन लगे ने। भाई थोनू नहीं पता जंटी भाई नाल इश्क सी मेरा। भाई जिवें मेरा थोड़े नाल हना। ओए नु चुप करा लो मेरा सड़ा टू, सारा फ्लो खराब करता रोण दा। कित्थे सी मैं? रतन ने के पता इश्क के होवे? हाँ जंटी भाई ना दिलो इश्क सी मेरा। इश्क नू सड़ा मशूक सी करी हो? मशूक तो भी बद के सी। ए गल भाई थोड़े समझ नहीं होनी, परले पार दियां गल्लां ने। हो गया हुण उरले पार आ जा, इहनू देख के शायद लोकेशन दा पता लग जाए। आ देखो इधर देख, अरे को समझ दे ना, देख ध्यान नाल। ओ प्रधान अखां दा खोल लै फिर देखू कुछ ना। भाई आ हाथ च जंटी भाई देखा नहीं जाता मेरे तो। गोली भाई ये जिरकपुर वाले बिग बाजार दी नहीं, वो तो बेसमेंट है। बेसमेंट की हो गया? बहुत हंस रहे हो सर। भाई वो जीता। थोनू पता कितनी बेइज्जती हो रही है अपनी? बलराज भाई कितनी टेंशन च? ओही तो मैं भाई समझाई जांदा इन्हां नूं कदों दा, मेरी तो सुनती नहीं सड़े। ओरे आओ इधर आओ सारे, आ वीडियो देखो ध्यान नाल देखो जगह केड़ी है। अपने बुज्जू दिमाग ते ना जोर पाओ थोड़ा जिहा। देखो सारे जाने। रे भाई जे तो मारो शहर बजनौर में वही की वर्कशॉप है। संजय ध्यान ना दे कई बार भुलेखा लग जाता। रे भाई कसम लग गया भाई है। संजय जे तू श्योर है? हाँ भाई। असी निकलिए फिर जोड़ी लपड़ गुड़ी, तुम निकलो फिर छेती, जे कुछ पता लगता तो मैं जल्दी इन्फॉर्म करी। गोली भाई असी भी नाल चलते हैं जी, नाले जोंटी भाई साडा भी तो भरा सी जी। भाई जी असी भी तो पार्टी के मैंबर ही हाँ। नाले भाई इन्हों का प्यार अपना सारे। थैंक यू भाई जी। थैंक यू भाई। चलो ठीक है भाई, चल दिया भाई। सत श्रीकाल भाई, फोन करो मैनू। चंगा भाई जी। इंस्पैक्टर फोन ला, पुछ की कहना। यार जोंटी वाली क्लिप सोशल मीडिया से बड़ी घूम रही है, ये तो किसी ने झोटे के नक च नकेल पाने वाला काम करता। क्यों रोजी? सही गल है, जे जोंटी वर्गे दो चार होर चक्के जाना ता क्राइम घट जे। बाकिया का तो पता नहीं, पर यह जहाँ भूत ना लत्तां नाल ही निकलते हैं, गल्लां गुल्लां ना कित्थे मनदे आ। वैसे सोचने वाली गल है बई, एडा वड्डा काम कर कौन सकता है? वह हो कोई हालातों का मारिया अपने वर्गा। वैसे एक गल है बई, कैंपस के विचों गंद चक्या गया, इन्होंने बड़ा माहौल खराब किया हुआ सी।
जे गल्ला हो गया हुण तां लैक्चर ला लिए लाउणा ही पैणा नहीं तां प्रोफेसर साहब ने ना साडी बेइज्जती च लैक्चर कढ देना सारा ओ आपां कल भी लैक्चर मिस करता सी चलो हुण चलिए चल भी चलिए करा प्रीत ठीक है सब कमल कितने है सब ठीक है वीरे कमल दे मम्मा एकदम बीमार हो गए सी फिर उन्होंने जाना पिया अच्छा ते टाइम कितना होया टाइम चार बज गए क्यों की होया वैसे ही पूछ रहा सी प्रीत कुछ खा पी के आई है कोई है भी किसी बन के कुटदा हुंदा बहुत माड़ा समा चल रहा कोई पता नहीं कदों किथे किवें की हो जे सही गल है वीरे हैं ये तो सरासर धक्का है ओ भाई इन्हें किसी ने कोई धक्का धुक्का किया होना है तुसी ध्यान ना देखो साला मैं तो देखने को ही करैक्टरलैस जा लगता है ये भी हो सकता हाँ जौंटी का कुछ पता लग्या भाई जी लगे हुए मुंडे जौंटी जिथे बनया होया वो जगह का पता लग गया हुण तां मिल ही जाना जगह केड़ी है भाई बजनौर दी है वो अपने ग्रुप च मुंडा ना संजय कुमार उसने दस्या वो बजनौर दी है ओके जिवें पता लगे दसी हाँ जी ठीक है भाई कम मैं जस कमल दा फ्रेंड सॉरी मैं थोड़ा जा घबरा गया सी हेलो प्रीत हाँ कमल जस पहुंच गया थोड़ी कोले हाँ पहुंच गया तेरा ते एकम वीरे दा फोन मिल नहीं रहा सी काफी टाइम तो ट्राई कर रही सी आज तो बाद जस थोड़ी कोली रहूगा मेरा मम्मी करके औखा होया पया कोई ना कमल तू टेंशन ना ले तू आंटी दा ख्याल रख ओके बाय की कहंदी सी कमल एना बारी पूछ रही सी कहंदी मेरा फ्रेंड पहुंच गया तोडे कोल ओ अच्छा चलो आपा बैठ के गल कर दे आ जाओ आ गया ओए हैं रे भाई यूं ही था मन्ने अपनी आंखों से देखा मन्ने लागा कहीं और शिफ्ट हो गया सौला शिफ्ट का ना चंडीगढ़ तो 250 किलोमीटर तू आ दिखाने लाया सू समर बई की जवाब देवे हूँ और भाई मैं तो साले तो पहली भरोसा नहीं सी पद जे अपनी लग दी कुछड़ चो निकले तो साले का दिमाग चले होर बई 24 घंटे फोन चिपड़े रहा है तेरा बिच बोलना जरूरी है असं कर रहे ना आपस की गल मेरा साला बोगो भाई जी कूल कूल गर्म कानून हूं आप घूम फिर के भी तो देख सकते हैं घूम फिर के की मतलब है तेरा गल बिल्कुल साफ है बई इतने टाइम वेस्ट करने का कोई फायदा नहीं हाँ, हाँ। आप सर्च कर दे हाँ, हाँ। भाई डिजाइनर भाई सही कह लग रहा फिर इतने खड़ी कर दो चलो बैठो गड्डी चलो चलो थोड़े चो कोई पेशाब करन दा चावन है ना तू हो भाई आपा चल दे चल ओ
ਹੋਰ ਜੀਤੇ ਬਾਈ ਕੋਈ ਨਵੀਂ ਤਾਜੀ? ਜੀਤਾ ਬਾਈ ਜੀ, ਜੀਤੇ ਬਾਈ ਜੀ ਇੱਕ ਗੱਲ ਪੁੱਛਾਂ, ਜੇ ਗੁੱਸਾ ਨਹੀਂ ਕਰੋਗੇ ਤਾਂ? ਬਾਈ ਤੁਹਾਡੀ ਕੋਈ ਸਹੇਲੀ ਸੁਹਲੀ ਹੈ? ਗਰਲਫ੍ਰੈਂਡ? ਗਰਲਫ੍ਰੈਂਡ ਨਾ, ਪਤਾ ਹੀ ਕੀ ਗੱਲ ਜੀਤੇ ਬਾਈ, ਬੜਾ ਸੋਚ ਕੇ ਦੱਸਿਆ ਹੈ। ਅੱਤਵਾਦੀ ਉਹ ਮੇਰਾ ਅੰਤਮ, ਮੈਨੂੰ ਲੱਗਦਾ ਜੀਤੇ ਬਾਈ ਨੂੰ ਹੀਨਾ ਭਰਜਾਈ ਬਾਰੇ ਕੁਛ ਪਤਾ ਹੀ ਨਹੀਂ। ਹੀਨਾ ਭਰਜਾਈ ਸਾਲਿਓ, ਖੁੱਲ ਕੇ ਦੱਸੋ ਗੱਲ ਕੀ ਹੈ। ਖਲਨਾਇਕ ਰਹਿਣ ਦੇ ਯਾਰ, ਕਾਹਨੂੰ ਦੱਸਣਾ, ਨਾਲੇ ਅਗਲੀ ਬਾਲਾ ਪਿਆਰ ਕਰਦੀ ਹੈ, ਭੇਤ ਖੁੱਲ ਜੂ। ਮੈਂ ਫੇਰ ਕੀ ਹੈ, ਜੇ ਭੇਤ ਖੁੱਲਣ ਨਾਲ ਜੀਤੇ ਬਾਈ ਦਾ ਘਰ ਵੱਸਦਾ, ਇਹ ਚ ਹਰਜ ਥੋੜੀ ਹੈ ਕੋਈ। ਪਰ ਹੈਗਾ ਮੇਰੇ ਤੇ ਕੋਈ ਮਰਦੀ ਬਾਈ? ਫਿਲਾਸਫੀ ਡਿਪਾਰਟਮੈਂਟ ਦੀ ਇੱਕ ਕੁੜੀ ਹੈ ਜਿਹਦਾ ਨਾਮ ਹੈ ਹੀਨਾ, ਜਿਹੜੀ ਤੁਹਾਨੂੰ ਬਹੁਤ 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 ਪਿਆਰ ਪਿਆਰ ਕਰਦੀ ਹੈ। ਪਿਆਰ ਕਰਦੀ ਹੈ? ਪਿਆਰ ਕਰਦੀ ਹੈ? ਹਾਂ, ਉਹ ਪਿਆਰ ਕਰਦੀ ਹੈ ਉਹ ਵੀ ਮੈਨੂੰ? ਹਾਂਜੀ ਤੁਹਾਨੂੰ, ਉਹ ਵੀ ਤੁਹਾਨੂੰ ਪੂਰੇ ਇੱਕ ਸਾਲ ਤੋਂ ਫੋਲੋ ਕਰ ਰਹੀ ਹੈ, ਤੁਹਾਡਾ ਲੀੜਾ ਕੱਪੜਾ ਉੱਠਣਾ ਬੈਠਣਾ ਹੱਗਣਾ ਮੁੱਕਣਾ। ਮੇਰੀ ਬੇਰੰਗ ਜ਼ਿੰਦਗੀ ਚ ਰੰਗ ਭਰਦਾ ਨਾ, ਸਾਰੀ ਉਮਰ ਤੁਹਾਡਾ ਇਹਸਾਨਮੰਦ ਰਹਾਂਗਾ। ਲੈ ਹੋਈ ਤਾਂ ਸਾਡਾ ਚੁਟਕੀ ਦਾ ਕੰਮ ਹੈ, ਐ ਚੱਕ ਯਾਰ। ਪਰ ਅੱਤਵਾਦੀ ਤੇਰਾ ਸਿਰ ਨਹੀਂ ਦਰਦ ਹੋ ਰਿਹਾ ਯਾਰ? ਤੇ ਯਾਰ ਘਬਰਾਹਟ ਹੀ ਹੋ ਰਹੀ ਹੈ, ਪਤਾ ਨਹੀਂ ਕਿ ਸੁੱਜਿਆ ਤਾਂ ਨਹੀਂ ਸਿਰ ਕਿਤੋਂ? ਉਹ ਸਿਰ ਹਟਾ ਦਿੰਦੇ ਆ, ਆ ਚੱਕੋ ਤੁਹਾਡਾ ਸਿਰ ਵੀ ਹਟ ਜੂ। ਓਏ ਦਿਲੇ ਕੁਛ ਕਰਦਾ ਜੀਤੇ ਬਾਈ, ਹੁਣ ਐ ਕਰੋ ਬਾਈ ਆਪਣੇ ਪੁੱਠੇ ਦਿਨ ਗਿਣਨੇ ਸ਼ੁਰੂ ਕਰ। ਇਹਦਾ ਕਹਿਣ ਦਾ ਮਤਲਬ ਹੈ ਤੁਹਾਡੀ ਬੇਰੰਗ ਜ਼ਿੰਦਗੀ ਚ ਹੁਣ ਰੰਗ ਭਰਿਆ ਸਮਝੋ, ਪਰਤਾ ਵਸ ਭਰਿਆ ਸਮਝੋ। ਹੈਲੋ, ਹਾਂ ਸਮਰ ਬਾਈ, ਇਹਦੇ ਰੰਗ ਤਾਂ ਭਰੇ ਗਏ ਬੇਟੇ। ਨਾਇਕ ਨਹੀਂ ਖਲਨਾਇਕ ਹੂੰ ਮੈਂ, ਹੀਨਾ ਦਾ ਬੰਦੋਬਸਤ ਕਰ ਹੁਣ, ਸਮਝ ਲਾ ਹੋ ਗਿਆ। ਹਾਂ ਜੌਂਟੀ ਦਾ ਕੁਛ ਪਤਾ ਲੱਗਿਆ? ਉਹ ਬਾਈ ਜਿਹੜੀ ਸੰਜੇ ਨੇ ਦੱਸ ਪਾਈ ਸੀ ਨਾ, ਉਸ ਥਾਂ ਤੋਂ ਤਾਂ ਕੁਛ ਲੱਭਿਆ ਹੀ ਨਹੀਂ, ਹੁਣ ਦੋ ਹੋਰ ਥਾਵਾਂ 'ਤੇ ਸ਼ੱਕ ਆ, ਉੱਧਰ ਹੀ ਜਾ ਰਹੇ ਹਾਂ। ਬਾਈ ਸਾਡਾ ਪੂਰਾ ਜ਼ੋਰ ਲੱਗਿਆ ਹੋਇਆ, ਦਿਨ ਰਾਤ ਇੱਕ ਕੀਤੀ ਹੋਈ ਹੈ ਅਸੀਂ, ਅਸੀਂ ਤਾਂ ਬਾਈ ਸੁੱਤੇ ਵੀ ਨਹੀਂ, ਥਕਾਵਟ ਨਾਲ ਸਾਡੇ ਤਾਂ ਡੇਲੇ ਵੀ ਬਾਰੇ ਆਉਣ ਨੂੰ ਹੋਏ ਪਏ ਆ। ਚੱਲ ਠੀਕ ਹੈ ਚੰਗਾ, ਜਿਵੇਂ ਕੁਛ ਪਤਾ ਲੱਗੇ ਪਹਿਲਾਂ ਮੈਨੂੰ ਫੋਨ ਕਰੀ। ਠੀਕ ਆ ਬਾਈ, ਭੈਣ ਦੀ ਬੈਰੀ ਡਿਪਰੈਸ਼ਨ ਛਿੱਗੀ। ਸਾਲਿਆਂ ਤੋਂ ਗੱਲਾਂ ਜਿੰਨੀਆਂ ਮਰਜ਼ੀ ਕਰਵਾ ਲਓ, ਕੰਮ ਕਰਦੇ ਨਹੀਂ, ਟਾਈਮ ਪਾਸ ਕਰਦੇ। ਤੂੰ ਇੱਥੇ ਰੁਕ, ਮੈਂ ਬਾਈ ਨੂੰ ਮਿਲ ਕੇ ਆਉਣਾ। ਤੂੰ ਕਿਹਦੇ ਨਾਲ ਮਰੀ ਜਾਂਦਾ ਸੀ ਫੋਨ 'ਤੇ ਮੰਗ ਜਾਲੀ ਹੋਈ? ਉਹ ਸਮਰ ਬਾਈ ਸੀ ਯਾਰ, ਕੀ ਕਹਿੰਦਾ ਹਰ ਵੇਲੇ ਲਾਈਨ ਕਰੀ ਰੱਖਦਾ। ਉਹ ਚੱਲ ਕੋਈ ਨਹੀਂ, ਚਾਹ ਪੀ ਲੈ ਤੂੰ। ਹਾਂ ਹਾਂ, ਕੋਈ ਵੀ ਸਟੇਟ ਨਹੀਂ ਛੱਡਣੀ, ਹਰ ਥਾਂ 'ਤੇ ਜਾ ਕੇ ਲੱਭੋ। ਯਾਰ ਤੁਸੀਂ ਸਮਝਦੇ ਕਿਉਂ ਨਹੀਂ, ਮੇਰਾ ਬਿਜ਼ਨਸ ਠੱਪ ਹੋ ਜਾਣਾ ਹੈ। ਜਿਹੜੇ ਸਾਲੇ ਕਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਨਹੀਂ ਸੀ ਕਰ ਸਕਦੇ, ਅੱਜ ਉਹ ਕੰਨ ਚੱਕਣ ਲੱਗ ਪਏ ਨੇ। ਹਾਂ ਸੱਚ, ਉਹ ਰਾਜਸਥਾਨ ਵਾਲੇ ਮੁੱਸੇ ਨੂੰ ਮੇਰੇ ਕੋਲ ਭੇਜੋ, ਹੁਣ ਤਾਂ ਕੋਈ ਨਾ ਕੋਈ ਉਹੀ ਕਰ ਸਕਦਾ ਹੱਲ, ਠੀਕ ਹੈ ਨਾ? ਹਾਂ ਓਕੇ ਬਾਏ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਤੋਂ ਬਿਨਾਂ ਕੋਈ ਹੋਰ ਵੀ ਕੰਮ ਕਰ ਲਿਆ ਕਰੋ। ਕੀ ਕਹਿੰਦੇ ਨੇ ਤੇਰੇ ਉਹ ਜਿਹਨਾਂ ਨੇ ਹਰਿਆਣਾ ਹੀ ਦੱਸ ਪਾਈ ਸੀ? ਉੱਥੋਂ ਦਾ ਬਾਈ ਮੂਵ ਕਰਕੇ ਇੱਕ ਦੋ ਜਗ੍ਹਾ 'ਤੇ ਹੋਰ ਸ਼ੱਕ ਹੈ, ਮੈਂ ਮੁੰਡੇ ਭੇਜੇ ਹੋਇਆ, ਲੱਗ ਜੂਗਾ ਪਤਾ। ਕੁਛ ਨਹੀਂ ਕਰ ਸਕਦੇ ਤੁਸੀਂ, ਹੈ ਨਹੀਂ ਤੁਹਾਡੇ ਪਤਾਲੂਆਂ 'ਚ ਦਮ। ਮੈਂ ਰਾਜਸਥਾਨੀ ਮੁੱਸੇ ਨੂੰ ਬੁਲਾਇਆ, ਉਹਦੀ ਖਾਤਰਦਾਰੀ ਅਤੇ ਜੌਂਟੀ ਬਾਰੇ ਡਿਟੇਲ 'ਚ ਗੱਲ ਦੱਸਣੀ ਤੇਰੀ ਜ਼ਿੰਮੇਵਾਰੀ ਹੈ, ਸਮਝ ਗਿਆ ਨਾ? ਬਿਲਕੁਲ ਬਾਈ, ਤੁਸੀਂ ਫਿਕਰ ਨਾ ਕਰੋ, ਮੈਂ ਕਰਦਾ। ਹਾਂ ਹਾਂਜੀ ਦੋਸਤ ਭਾਈ। ਜੀਤੇ ਬਾਈ ਥੋੜ੍ਹਾ ਜਿਹਾ ਸਬਰ ਬਸ, ਹੋਰ ਹੀਨਾ ਭਰਜਾਈ ਡਾਊਨਲੋਡ ਹੋ ਹੀ ਰਹੀ ਹੈ। ਹੋ ਰਹੀ ਆ? ਹਾਂ ਹਾਂ ਹੋ ਰਹੀ ਆ, ਹੋ ਰਹੀ ਆ, ਹੋ ਰਹੀ ਆ ਬਾਈ, ਹੋ ਰਹੀ ਆ। ਉਹ ਦੇਖੋ, ਉਹ ਦੇਖੋ, 1 2 3 4 5
ਆ ਚੱਕੋ ਸਾਡੀ ਸਰਕਾਰ ਯੋਗ ਹੀਨਾ ਭਾਬੀ ਮਰਜਾਈ ਲਿਆਓ ਚਿੱਤੀ ਦਿਖਾਓ ਲੈ ਦਿਖਾ ਦੇ ਦਿਖਾ ਦੇ ਇਹਨੂੰ ਦਿਖਾਵਾਂ ਓਏ ਓਏ ਅੱਤਵਾਦੀ ਓਏ ਮਾਂ ਅੰਤਮ ਯਾਰ ਉਹਨੂੰ ਕੀ ਕਹਿੰਦੇ ਹੁੰਦੇ ਨੇ ਉਹ ਲਫਾਫੇ ਜੇ ਓ ਸ਼ਗਨ ਹਾਂ ਸ਼ਗਨ ਤੋਂ ਬਣਤਾ ਹੈ ਕਿਉਂ ਅੱਤਵਾਦੀ ਆਹੋ ਬਣਦਾ ਸ਼ਗਨ ਆਖਰਕਾਰ ਸਾਡੀ ਭਰਜਾਈ ਦੀ ਮੂੰਹ ਦਿਖਾਈ ਜੋ ਹੈ ਸਾਲੋ ਐ ਆਪਣੀ ਹਰਕਤ ਨੂੰ ਆਵਾਜ਼ ਨਾ ਆਇਓ ਦੱਸੋ ਕੀ ਚਾਹੀਦਾ ਚਾਹੀਦੀ ਹੈ ਜੋ ਆਪਣੇ ਪਰਸੇ ਚ ਰੱਖਦੇ ਹੋ ਜਿਹੜੀ ਚਾਹ ਨਾਲ ਖਾਈ ਦੀ ਆ ਉਹ ਤੁਹਾਨੂੰ ਕਿਵੇਂ ਪਤਾ ਇਸ ਸੀਕ੍ਰੇਟ ਦਾ ਸਾਨੂੰ ਕਿਵੇਂ ਪਤਾ ਹੀਨਾ ਭਰਜਾਈ ਹੀਨਾ ਭਰਜਾਈ ਹਾਂ ਹੀਨਾ ਭਰਜਾਈ ਨੇ ਦੱਸਿਆ ਉਹ ਤਾਂ ਤੁਹਾਡੇ ਧੁਰ ਅੰਦਰ ਤੱਕ ਪਹੁੰਚੀ ਭਈਆ ਬਾਲਾ ਪਿਆਰ ਕਰਦੀ ਆ ਤੁਹਾਨੂੰ ਇੰਨਾ ਪਿਆਰ ਕਰਦੀ ਆ ਮੇਰੀ ਹੀਨਾ ਆਹ ਕਿਵੇਂ ਸਾਲੇ ਜੀਤੇ ਨੂੰ ਸਾਈਡ ਜੀਤੇ ਲੈ ਕੇ ਗੋਲੀ ਜੀ ਪਈ ਜਾਂਦੇ ਨੇ ਉਹ ਕੁਛ ਨਹੀਂ ਜੀਤਾ ਦਿਮਾਗ ਖਾਂਦਾ ਹੋਊ ਇਹਨਾਂ ਦਾ ਆ ਲਓ ਧਿਆਨ ਨਾਲ ਪਿਓਰ ਹੈ ਜਿਵੇਂ ਮੇਰੀ ਹੀਨਾ ਦਾ ਪਿਆਰ ਪਿਓਰ ਹੈ ਸੱਚੀ ਮਾਲ ਪਿਓਰ ਹੈ ਓਏ ਪਹਿਲਾਂ ਫੋਟੋ ਦਿਖਾ ਦਿਓ ਹੁਣ ਲੈ ਕਿੰਨੀ ਕਾਲੀ ਹੈ ਦੇਖ ਲੈ ਕਾਲੀ ਹੋਵੇ ਵੀ ਕਿਉਂ ਨਾ ਬਾਲੀ ਸੋਹਣੀ ਆ ਭਾਬੀ ਪਹਿਲਾਂ ਅੱਖਾਂ ਬੰਦ ਕਰੋ ਹਾਂ ਕਰੋ ਨਾ ਓਏ ਕਿਹੜੀ ਨਵੀਂ ਪਸੂੜੀ ਪਾ ਲਈ ਕਰੋ ਕਰੋ ਓ ਯਾਰ ਕਰੋ ਭਾਈ ਸਰਪ੍ਰਾਈਜ਼ ਆ ਬਾਲੀ ਸੋਹਣੀ ਆ ਭਾਬੀ ਐਕਸਾਈਟਮੈਂਟ ਚੱਲ ਕਰ ਲੈ ਕਰ ਲਓ ਕੁਛ ਹੁਣ ਆਹਿਸਤਾ ਆਹਿਸਤਾ ਆਪਣੀਆਂ ਅੱਖਾਂ ਆਹਿਸਤਾ ਆਹਿਸਤਾ ਤੇ ਦੇਖੋ ਆਪਣੀ ਸੁਪਨੇ ਦੀ ਰਾਜਕੁਮਾਰੀ ਸਾਡੀ ਭਰਜਾਈ ਮੇਰੀ ਮੁਰਾਦ ਹੀਨਾ ਹੀਨਾ ਉਹ ਇਹ ਤਾਂ ਜੈਸਮਿਨ ਸੈਂਡਲਸ ਹੈ ਉਹ ਨਹੀਂ ਨਹੀਂ ਆਪਣੀ ਭਾਬੀ ਹੈ ਭਾਬੀ ਹੈ ਉਹ ਆ ਦੇਖ ਅਗਲੀ ਬੇਲੀ ਥੋੜੀ ਮੰਗਵਾ ਦਾਂਗੇ ਟਾਈਮ ਨਾਲ ਠੰਡ ਰੱਖ ਥੋੜੀ ਅੱਛਾ ਛੇਤੀ ਮੰਗਾ ਲਈ ਹਾਂ ਮੰਗਵਾ ਦਾਂਗੇ ਓਏ ਗੱਲ ਸੁਣੋ ਇਹ ਗੱਲ ਸਾਡੇ ਤਿੰਨਾਂ ਵਿੱਚ ਰਹਿਣੀ ਚਾਹੀਦੀ ਹੈ ਮਹਾਰਾਜ ਕੀ ਕਿਸਮ ਪਤਾ ਸੇਮ ਗੱਲ ਤਾਂ ਮੈਂ ਤੁਹਾਨੂੰ ਕਹਿਣੀ ਸੀ ਤੁਹਾਡੇ ਨਾਲ ਸਾਡਾ ਪ੍ਰੋਮਿਸ ਹੈ ਕਿ ਇਹ ਗੱਲ ਹੀਨਾ ਭਰਜਾਈ ਤੇ ਆਪਣੇ ਤਿੰਨਾਂ ਚਿਰ ਹੋਈ ਉਹ ਕਿਵੇਂ ਆਉਂਦਾ ਬੁੜਕਦਾ ਜਾ ਕੀ ਹੋ ਗਿਆ ਕਿਉਂ ਡੁਸਕੀ ਜਾਂਦਾ ਕੋਈ ਬਾਤ ਨਹੀਂ ਭਾਈ ਫੇਰ ਪਸਾਲੇ ਹੋਣੇ ਸਿੰਘ ਸਾਕੂ ਨਾਲ ਬਈਏ ਨੇ ਹਾਂ ਓਏ ਕੀ ਹੋ ਗਿਆ ਭਾਈ ਵੈਸੀ ਰੋਣਾ ਲੱਗ ਰਿਹਾ ਇਸ ਸਾਲੇ ਰਿਛ ਜੀ ਦਾ ਵੀ ਕੁਝ ਪਤਾ ਨਹੀਂ ਲੱਗਦਾ ਓਏ ਮਹਾਰਾਜ ਕੋਈ ਨਾ ਕੋਈ ਵਜ੍ਹਾ ਤਾਂ ਹੋਗੀ ਰੋਣ ਦੀ ਭਾਈ ਕੋਈ ਬਾਤ ਨਹੀਂ ਪੂਰੇ ਡਰਾਮਾ ਜਨਾ ਕ੍ਰੀਏਟ ਕਰ ਲੋਕ ਕੀ ਕਹਿਣਗੇ ਭਾਈ ਭਾਈ ਉਹ ਕੀ ਆ ਹੁਣ ਅੜ ਗਿਆ ਕੁਛ ਭਾਈ ਸਾਹਿਬ ਕੀ ਆਦਾ ਲੱਗ ਰਿਹਾ ਮੁਲਾਕਾਤ ਕੋ ਦਿਲ ਕਰ ਸਾਲਿਆ ਮੁਲਾਕਾਤ ਨੂੰ ਜੇਲ੍ਹ 'ਚ ਬੈਠੀ ਆ ਉਹ ਚੱਲੀਏ ਫਿਰ ਮੁਲਾਕਾਤ ਕਰ ਸ਼ੈਪੂ ਨਾਲ ਜਿਹੜੇ ਹਿਸਾਬ ਨਾਲ ਰੋਂਦਾ ਹੈ ਇਹਨੂੰ ਜ਼ਰੂਰ ਭੋਗਤੇ ਜਾਣਾ ਚਾਹੀਦਾ ਕਿਸੇ ਦੇ ਚੱਲ ਸਾਲਿਆ ਖੜਾ ਹੋਣ ਚੱਲੀਏ ਆ ਚੱਲ ਆ ਜਾ ਮੇਰਾ ਰੋਡ ਕੱਟਣਾ ਮੇਰਾ ਰੋਡ ਕੱਟਣਾ ਹੇਕਮ ਬਾਈ ਸਿਰਾ ਜਮਾ ਸਿਰਾ ਕਰਵਾ ਦਾ ਇਸ ਕਲਿੱਪ ਤੋਂ ਇਹਦੀ ਗੰਦੀ ਸੋਚ ਬਾਰੇ ਪਤਾ ਲੱਗੂ ਆ ਨਾਲੇ ਵੀਰੇ ਆਪਣੇ ਬਾਰੇ ਜੋ ਗਲਤ ਸੋਚਦੇ ਸੀ ਉਹਨਾਂ ਦਾ ਵੀ ਵਹਿਮ ਦੂਰ ਹੋ ਜਾਣਾ ਕਿਉਂ ਬਈ ਜੌਂਟੀ ਤੇਰਾ ਕੀ ਖਿਆਲ ਹੋਏ ਪਲੀਜ਼ ਮੈਨੂੰ ਕੁਛ ਖਾਣ ਨੂੰ ਦੇ ਦਿਓ ਮੈਨੂੰ ਭੁੱਖ ਲੱਗੀ ਆ ਜੋ ਤੁਸੀਂ ਕਿਹਾ ਮੈਂ ਬੋਲਿਆ ਜੋ ਤੁਸੀਂ ਕਹੋਗੇ ਉਹੀ ਕਰੂੰਗਾ ਪਰ ਪਲੀਜ਼ ਮੈਨੂੰ ਕੁਛ ਖਾਣ ਨੂੰ ਦੇ ਦਿਓ ਸਾਲਿਆ ਜਿਸ ਹਿਸਾਬ ਨਾਲ ਤੂੰ ਗੰਦ ਪਾਇਆ ਨਾ ਤੇਰੇ ਤੇ ਕੁੱਤੇ ਨੂੰ ਵੀ ਤਰਸ ਨਾ ਆਵੇ ਅੱਖਾਂ ਥੱਲੇ ਕਰ ਉਂਦੀਆਂ ਤਾਂ ਥੱਕ ਗਏ ਯਾਰ ਹੋਰ ਬਈ ਮੇਰੇ ਤਾਂ ਪੱਟ ਫੁੱਲੇ ਪਏ ਨੇ ਗਾਂ ਦੀ ਮਾਊਂਟ ਐਵਰੇਟ ਦੀ ਚੋਟੀ ਤੇ ਚੜ੍ਹ ਕੇ ਪੈਟ 'ਚ ਫੁੱਲੇ ਗਏ ਬਈ ਤੁਸੀਂ ਨਹੀਂ ਥੱਕੇ ਬਹੁਤ ਫਿਰ ਤੁਸੀਂ ਕਿਹੜਾ ਚੜ੍ਹ ਕੇ ਆਏ ਵੈਸੇ ਬਾਈ ਜੀ ਜੌਂਟੀ ਬਾਈ ਨੂੰ ਲੱਭਣਾ ਕਿਹੜਾ ਮਾਊਂਟ ਐਵਰੇਸਟ ਦੀ ਚੜ੍ਹਾਈ ਚੜ੍ਹਨ ਨਾਲੋਂ ਘੱਟ ਹੋਇਆ ਪਿਆ ਜੀ ਲੈ ਹੋਰ ਕੀ ਉਹ ਆ ਫੋਟੋ ਸਹੀ ਹੈ ਆ ਭੇਜ ਦੀ ਮੈਨੂੰ ਦਿਖਾ ਦਿਓ ਕੀ ਸਹੀ ਆ ਓਏ
की भेज दे साले कल तो देख रहा लक्षण जे ठीक नहीं लगते मैनू तेरे सही क्या भाई इहदे रंग ढंग जे मैनू ठीक नहीं लगते आ मुछां ते तां देखो किवें जल थप्पी है भाई जी तुसीं तां एवें ना जीते भाई दी मुछां तों जैलसी करदे हो ओ जे तुसीं कहो तां कटा दां ओ साले मजाक करदे ने हरेक गल नूं सीरियस लै जाणा फिर ओ संजय कुमार जी आ भाई दुनियादारी तो बाहर निकल के साडे नाल भी कदे चार गल्लां कर लिया करो रे भाई हुक्म तो कर तारे लई जान भी हाजर है ओ तेरी जान की असी जान च मारनी है मुंडे थके पए आ कर पूरा प्रबंध डिजाइनर भाई ना हमेशा सही गल करदे ने अपने हक दी गल कर भाई ये भी कोई कहने की बात है आज मैं तन्ने हरियाणा की सुपर हॉट डांसर सपना चौधरी का डांस दिखाता हूं रे मेरे डैडी के दोस्त हैं हरीश चौधरी उनके गांव में फंक्शन है इनविटेशन आया ले इनविटेशन ना भी आया हुंदा अजता ता भी चल पेंदे हनातवादी ओए अंतम आहो चलना सपना चौधरी दा नाम सुन के किवें थकावट दूर होगी है फिर तां डिजाइनर नु अपने असली रूप च आउणा पैणा ताही सपना इंप्रेस हो ते भाई मैं नाला थोड़े तू की करेगा भाई थनु इंप्रेस करके दूंगा क्यों सो तू आप तो अज तक होई नहीं कोई ओए चलो फिर करिए खिच्चे तैयारी शाम दी बच ना पावे सेक्सी होटो को रेवी जी भर के खाना चावे खाना चावे सूटे वग खिचना चांदे गंदे जे गाने गांदे बोले पाले मां प्यानो मेरे पीछे के मन पांदे रेवी आए तू भी बच के रह कर दूने तेनु भी बर्बाद
प्रणाम बलराज भाई। मुसा राजधानी मेरा भरा, वेलकम, बैठो। बलराज भाई, पहली बार तुहाडे चेहरे ते परेशानी देख रहा, पर हुण तुसी चिंता ना करो क्योंकि हुण मूसा राजस्थानी आ गया। मेरे कोले कोई कम आवे ओनू ते होना ही पैना बस यही उम्मीद सी तेरे कोलों। बलराज भाई, तुसी मैनू पहला दस्या हुंदा तां एड्डी नौबत आनी नहीं सी। स्पार्क जी सर, 99.1 इक्वल टू 100 चैप्टर। जय सर। बलराज भाई समझो, तुहाडा काम हो गया। गोली। हाँ जी भाई। आ मुसे दी स्टे दा इंतजाम कर दे ते सारा मैटर नूं डिटेल च दस दे। ठीक है जी। चंगा मुसे, तुसी करो डिस्कस, ठीक है ना? कल मिलदे। एज यू विश। बलराज भाई, अगे तो तुहाडी कोई हेडक नहीं, सारी हेडक मूसा राजस्थानी। मिस्टर गोली, चलो। डिजाइनर, की लगता है मूसा राजस्थानी लभ लिया जोटी? की कह सकते हैं भाई, प्रभाव जहां तक खासा पा गया भाई। प्रवाह भी है ऐसा, तो भी अपने पर सही है। तेरा बिच बोलना जरूरी हुंदा अपने पास सारा भुग नाले साड़ी रिस कौन कर लो, सानू रब ने बनाया महाराजे, कोई शक? इन्ना क भी नहीं भाई, फिर आई नहीं करा कर दे मेरा सारा भुग। ओ हाँ जी, चल चलिए हुण। हीना भाभी का इश्क, जीते बाई की तड़फ, ओहो हो, माशाल्लाह माशाल्लाह होई पई है। खलाइक कानू जीते बाई का सबर तोड़ी जाना है। साढ़े दो घंटे हो गए खड़ाई खड़े, हाले तक नहीं थोड़ी हीना भरजाई आई। सबर भाई जी, सबर का फल मिठा हुंदा। जिस हिसाब नाल सबर की गल करदा ना, सबर का फल हुंदा ही नहीं। साढ़े लत्तां दुखण लग गईआं मेरियां। महाराज उही तां मैं कह रहा, अपने पर्स च हथ मारो, नागनी देवी कड्डो, नाले अपनी लत्तां दा दर्द ठीक करो, नाले साडा क्यों अत्तवादी? ओए ओए, तू सीधा नाम ले लिया कर, नहीं तेरे चक्कर च मैं कदे आत्महत्या कर जूंगा। ओ आत्महत्या तू बाद च करी, साले पहला मेरा हीला करो। हीला? नहीं 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 जीते भाई, हीला नहीं, मेल, मेल ए दो पाक रूहां दा मेल है। ए मेल सबर बेइंतहा मुहब्बत नाल हुंदे ने। सियाणे कहिंदे ने जदों मेल हुंदे ने ना ਉਦੋਂ ਧੁੱਪ 'ਚ ਵੀ ਮੀਂਹ ਪੈਣ ਲੱਗ ਜਾਂਦਾ ਕਹਿੰਦੇ। ਧੁੱਪ 'ਚ ਮੀਂਹ? ਉਹ ਸਾਲੇ ਤਾਂ ਗਿੱਦੜ ਗਿੱਦੜੀ ਦੇ ਵਿਆਹ ਵੇਲੇ ਪੈਂਦਾ। ਲੈ ਤੈਨੂੰ ਕਿਹਨੇ ਕਿਹਾ? ਆਹੋ ਐਵੇਂ ਹੁੰਦਾ ਹੁੰਦਾ ਹੋਊਗਾ ਹੁੰਦਾ ਹੋਊਗਾ। ਟਾਈਮ ਹੋ ਗਿਆ, ਟਾਈਮ ਹੋ ਗਿਆ, ਆਉਣ ਵਾਲੀ ਆ ਭਾਬੀ। ਅੱਖਾਂ ਤੇ ਕੰਨ ਬੰਦ ਕਰੋ। ਕਿਉਂ ਜੇ ਸਾਲਿਓ, ਜੇ ਮੈਂ ਅੱਖਾਂ ਬੰਦ ਕਰ ਲਈਆਂ ਦੇਖੂੰਗਾ ਕਿਵੇਂ? ਓਹੋ, ਜੇ ਕੰਨ ਬੰਦ ਕਰ ਲਏ ਤਾਂ ਸੁਣੂਗਾ ਕਿਵੇਂ? ਗੱਲ ਤਾਂ ਸੁਣੂ, ਐਕਸਾਈਟਮੈਂਟ ਬਣਾਉਣ ਲਈ ਇਹ ਚੀਜ਼ਾਂ ਕਰਨੀਆਂ ਪੈਂਦੀਆਂ। ਜਦੋਂ ਅੱਖਾਂ ਬੰਦ ਕਰਕੇ ਖੋਲੂਗੇ, ਫਰੈਸ਼ ਫਰੈਸ਼ ਹੀ ਨਾ ਭਾਬੀ ਦੇਖੂਗੀ, ਸਵਾਦ ਹੀ ਵੱਖਰਾ ਹੈ, ਰੂਹ ਨਾਲ ਰੂਹ ਜੁੜੂਗੀ। ਹਾਂ ਠੀਕ ਕਹਿ ਰਿਹਾ, ਮੈਂ ਹੁਣ ਅੱਖਾਂ ਬੰਦ ਕਰ ਕਰੋ। ਅੱਛਾ ਮੈਨੂੰ ਦੱਸ ਦਿਓ ਕਦੋਂ ਆਊਗੀ ਹੀਨਾ ਜੀ? ਕਰੋ ਕੰਨ ਵੀ। ਹਾਂ ਆਲੋ, ਮੈਂ ਕਰ ਲਏ ਕੰਨ ਬੰਦ ਤੇ ਨਾਲੇ ਅੱਖਾਂ। ਇਹ ਤਾਂ ਸਾਲਿਆ ਸੀਰੀਅਸ ਲੈ ਗਿਆ, ਹੁਣ ਦੱਸ ਕੀ ਕਰੀਏ? ਜਿਹੜਾ ਹਣੀ ਸੀ ਸਾਲਾ, ਉਹ ਵੀ ਹੀਨਾ ਬਣਨ ਤੋਂ ਜਵਾਬ ਦੇ ਗਿਆ। ਜੇ ਇਹਨੂੰ ਪਤਾ ਲੱਗ ਗਿਆ ਨਾ ਕਿ ਫੁੱਦੂ ਲਾ ਰਿਹਾ, ਉੱਤੂ ਘੱਟ ਘੜੀਸੂ ਜ਼ਿਆਦਾ। ਸਾਲਾ ਇੱਕ ਤਾਂ ਹੈ ਵੀ ਸਾਂਢ ਜਾ ਇਹ। ਓਏ ਆ ਗਈ ਤੁਹਾਡੀ ਹੀਨਾ ਭਰਜਾਈ। ਉਹ ਖਰਜੋ ਇੱਕ ਮਿੰਟ, ਕੀ ਬਹਾਨਾ ਲਾਈਏ ਹੁਣ? ਅੱਖਾਂ ਖੋਲੋ ਜਿੱਤੇ ਬਾਈ, ਅੱਖਾਂ ਖੋਲੋ। ਉਹ ਭਾਈ ਸਾਹਿਬ ਅੱਖਾਂ ਖੋਲੋ। ਖੋਲੋ ਬਾਈ, ਆ ਗਈ ਤੁਹਾਡੀ ਭਰਜਾਈ, ਖੋਲੋ ਖੋਲੋ। ਉਹ ਕਿੱਥੇ ਗਈ ਮੇਰੀ ਹੀਨਾ? ਚਲੀ ਗਈ। ਗਈ ਚਲੀ ਗਈ? ਉਹ ਵੀ ਮੈਨੂੰ ਬਿਨਾਂ ਮਿਲੇ? ਸਾਲਾ ਮੈਂ ਸਾਰੀ ਸੁੱਤਾ ਨਹੀਂ ਉਸ ਹੀਨਾ ਨੂੰ ਮਿਲਣ ਦੇ ਚੱਕਰ 'ਚ, ਤੁਸੀਂ ਕਹਿੰਦੇ ਹੀਨਾ ਚਲੀ ਗਈ, ਐਵੇਂ ਕਿਵੇਂ ਚਲੀ ਗਈ? ਉਹਦਾ ਫਾਸਟ ਸੀ ਵਰਤ। ਵਰਤ? ਹਾਂ, ਕਿਹੜਾ? ਭਾਬੀ ਨੇ ਜੀਤੇ ਬਾਈ ਨੂੰ ਪਾਉਣ ਲਈ ਫਾਸਟ ਰੱਖਿਆ ਹੋਇਆ। ਹਾਂ, ਨਾਲੇ ਜਦੋਂ ਕੁੜੀ ਇਹ ਜਿਹਾ ਫਾਸਟ ਰੱਖਦੀ ਹੈ ਨਾ, ਉਹ 'ਚ ਮੁੰਡਾ ਕੁੜੀ ਨੂੰ ਦੇਖ ਨਹੀਂ ਸਕਦਾ ਹੁੰਦਾ। ਕਿੰਨਾ ਭਾਗਾਂ ਵਾਲਾ ਬਾਈ।
जीते भाई तू ऐ देख किन्ना सयाना होएगा तू जेड़ा भाभी ने बर्त रखा तेरे लिए किन्ना खुश नसीब किन्ना प्यार से उदी अखां च तेनू देखदे होए क्यूट क्यूट कह रही सी कहंदी मेरा दिल करदा चुम्मी कर लां कर लैंदी फिर मजबूर सी ना फास्ट तो पर उदा दिल वाला करदा सी बेचारी नु करन मसा रोकी है हुणे बर्त किन्ना चिर चलू ए तां हुण जिन्ने दिन चलिया चलावांगे चलावांगे मतलब मतलब कि हुण आपां इक हफ्ता भाभी नु मिल नहीं सकदे एक हफ्ता मिल नहीं सकदे यार उन कहते बर्त छोटा कर लवे छोटा छोटा दा पता नहीं फास्ट वड्डा बशक हो जे ओए उनु हुण बर्त रखण दी की लोड़ है उनु उहदा हुण जीता मिलता गया अगली ने पहला सुख्या होया हुण कंटीन चलिए चलिए कंटीन नाले भाई तू इन्ना सोहना मुंडा है हुण बर्त रख के मिलदे ने इन्ने सोहने मुंडे कुड़ियां नु चलिए चलो तेज मिठे दी चाबी पीला सूट पाया सी मसला दिनों दिन भगते जा रहा केड़ा मसला ओही जॉन्टी वाला हां ਹੁਣ ਵਾਲੀ ਕਲਿੱਪ 'ਚ ਤਾਂ ਸਾਰੀ ਆਕੜ ਕੱਢੀ ਪਈ ਹੈ ਯਾਰ ਇਹੋ ਜਿਹੇ ਬੰਦਿਆਂ ਨਾਲ ਇੱਦਾਂ ਹੀ ਹੋਣਾ ਚਾਹੀਦਾ ਨਹੀਂ ਤਾਂ ਆਪਣੇ ਵਰਗਿਆਂ ਨੂੰ ਕਿਹਨੇ ਪੁੱਛਣਾ ਖੈਰ ਜਿਹੜਾ ਵੀ ਕਰ ਰਿਹਾ ਚੰਗਾ ਹੀ ਕਰ ਰਿਹਾ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਆਹ ਕਲਿੱਪ ਪਾ ਕੇ ਸਾਬਿਤ ਕੀ ਕਰਨਾ ਚਾਹੁੰਦੇ ਨੇ ਯਾਰ ਸਾਬਿਤ ਕੀ ਕਰਨਾ ਹੈ ਲੋਕਾਂ ਦੇ ਦਿਲਾਂ 'ਚੋਂ ਡਰ ਕੱਢਣਾ ਚਾਹੁੰਦੇ ਹੋਣਗੇ ਆਹ ਜੌਂਟੀ ਵਰਗਿਆਂ ਦਾ ਚਲੋ ਚੰਗੀ ਗੱਲ ਆ ਯੂਨੀਵਰਸਿਟੀ 'ਚ ਆਪਦੀ ਗੱਲ ਰੱਖਣ ਦਾ ਮੌਕਾ ਤਾਂ ਮਿਲਿਆ ਹੋਰ ਜਿਹੜੇ ਸਟੂਡੈਂਟ ਪਹਿਲਾਂ ਆਪਣੀ ਅੰਦਰ ਖਾਤੇ ਸਪੋਰਟ ਕਰਦੇ ਸੀ ਹੁਣ ਉਹ ਵੀ ਸਾਡੇ ਨਾਲ ਨਰੋਲ ਤੁਰ ਪਏ ਨੇ ਇਹ ਤਾਂ ਆਪਣੇ ਲਈ ਕੁਝ ਵਧੀਆ ਹੋਣ ਦੇ ਆਸਾਰ ਨੇ ਚਲ ਦੇਖਦੇ ਆ ਤੁਹਾਡੇ ਸਾਰਿਆਂ ਦੇ ਦੱਸਣ ਦੇ ਮੁਤਾਬਕ ਇੱਕ ਗੱਲ ਤਾਂ ਕਲੀਅਰ ਹੋ ਗਈ ਬਈ ਜੌਂਟੀ ਨੂੰ ਕਿਡਨੈਪ ਕਰਨ ਵਾਲਾ ਯੂਨੀਵਰਸਿਟੀ ਦਾ ਤਾਂ ਨਹੀਂ ਪਰ ਹੋ ਵੀ ਸਕਦਾ ਤੇ ਇਹ ਵੀ ਹੋ ਸਕਦਾ ਕਿ ਤੁਹਾਡੇ ਵਿੱਚੋਂ ਹੀ ਕੋਈ ਮੈਨੂੰ ਤੇ ਆਹ ਸ਼ਤਰਮੁਰਗ ਜਿਹਾ ਲੱਗਦਾ ਮੂਸੇ ਬਾਈ ਸਾਡੇ ਨਾਲ ਬਹਿ ਕੇ ਟਾਈਮ ਪਾਸ ਜਾਣਾ ਜੋ ਤੁਹਾਨੂੰ ਕੰਮ ਦਿੱਤਾ ਨਾ ਉਹ ਕਰੋ ਜੌਂਟੀ ਨੂੰ ਲੱਭੋ ਓ ਹੈਲੋ ਮਿਸਟਰ ਗੋਲੀ ਮੇਰਾ ਕੰਮ ਕਰਨ ਦਾ ਇਹੀ ਤਰੀਕਾ ਹੈ ਮੈਂ ਘਰ ਤੋਂ ਹੀ ਤਹਿਕੀਕਾਤ ਸ਼ੁਰੂ ਕਰਦਾ ਤੇ ਘਰ ਤੇ ਹੀ ਖਤਮ ਬਜਰੰਗ ਯੈਸ ਸਰ ਇਹ ਪਾਣੀ ਦਾ ਜੱਗ ਚੱਕੋ ਜੀ ਸਰ ਮੇਰੇ ਸਿਰ ਤੇ ਪਾ ਦਿਓ कोई गल समझ लगी लग भी नहीं सकती क्योंकि तुसी हले बहुत थले हो क्योंकि इन्हां दोवां दे दिमागां विच भी मूसे दा दिमाग ते ट्रिक्स चलदियां ने डेडिकेशन होनी चाहीदी है नंगे हो जो एक बारी कह दिया ना मिंटो मिंट ही हो जाणगे बजरंग जी सर स्पार्क यस सर रेडी यस सर बहुत छेती जौंटी थोड़े सारे दे विच होगा ए मेरा प्रॉमिस है बॉयज लेट्स गो ओके सर भाई मन्ने लगा है ईब कुछ करेंगे सह करेंगे मैनू तां लून घोटना जा सारा गल्लां नहीं लगदा यार तेनू सारे आपदे वर्गी लगदे ने भाई देखन में दासू लग रहा सा देखना करेगा कुछ तू ज्यादा तू भी लगदा देखन नु ए भाई कानू ये जेडे दसूर जे हुंदे आ ना देखन दे मेंटल लगदे आ दिमाग बड़ा हुंदा इना दा अच्छा तू नाल रह के आया इना दे ना कथे भाई ओए ओ तो देखन नु तू भी मेंटल जा लगदा है पर तेरा तो दिमाग भी है नहीं डिजाइनर चुप कर यार नाले ਉਹ ਜੀਤਾ ਕਿੱਥੇ ਸਵੇਰ ਦਾ ਉਹਨੂੰ ਦੇਖਿਆ ਉਹ ਕਿੱਥੇ ਯੂਨੀਵਰਸਿਟੀ ਗਿਆ ਬਾਈ ਕਲਾਸ ਲਾਉਣ ਹਾਂ ਬਾਈ ਉਹਨੂੰ ਜਾਣਾ ਚਾਹੀਦਾ ਹੈ ਉਹਦਾ ਜਨਮ ਸਿੱਧ ਅਧਿਕਾਰ ਹੈ ਟੋਪਰ ਅਗਲਾ ਆਊਟਸਾਈਡਰਾਂ ਦਾ ਸੋ ਦੇਖਿਆ ਇਹਨੂੰ ਕਹਿੰਦੇ ਆ ਇੰਪ੍ਰੈਸ ਕਰਨਾ ਕਿੱਡਾ ਕੈਂਟ ਇੰਪ੍ਰੈਸ਼ਨ ਪਾ ਕੇ ਆਇਆ ਤੁਹਾਡਾ ਬੌਸ ਮੂਸਾ ਰਾਜਸਥਾਨੀ ਯੈਸ ਬੌਸ ਬੌਸ ਉਹ ਤਾਂ ਠੀਕ ਹੈ ਪਰ ਆਊਟ ਆਫ ਕੰਟਰੋਲ ਨਾ ਹੋਇਆ ਕਰ ਨਾਲੇ ਤੈਨੂੰ ਕੀ ਲੋੜ ਸੀ ਉਹ ਮੇਰੇ ਸਿਰ ਤੇ ਪਾਣੀ ਪਾਉਣ ਦੀ ਤੂੰ ਆਪਣੇ ਵੀ ਪਾ ਸਕਦਾ ਸੀ ਓਏ ਇਹ ਸਟ੍ਰੈਟੇਜੀ ਹੁੰਦੀ ਹੈ ਯਾਰ ਓਕੇ ਬਾਸ ਤੂੰ ਮੈਨੂੰ ਇਹ ਦੱਸ ਕਿ ਜੌਂਟੀ ਨੂੰ ਲੱਭਣਾ ਕਿੱਥੋਂ ਸਟਾਰਟ ਕਰੀਏ ਬਾਸ ਯੂਨੀਵਰਸਿਟੀ ਤੇ ਲੱਭਣਾ ਸਟਾਰਟ ਕਰਦੇ ਆ ਨਾਲੇ ਕੋਈ ਕੁੜੀ ਲੱਭ ਲਾਂਗੇ ਓਏ ਸਪਾਰਕ ਤੂੰ ਆਪਣੇ ਵਾਸਤੇ ਨਿੱਕੀ ਜੀ ਸਪਾਈਕੀ ਲੱਭ ਕੁੜੀ ਵਾਲਾ ਕੰਮ ਮੇਰੇ ਤੇ ਛੱਡ ਦੇ ਇੱਕ ਕੰਮ ਕਰ ਹਾਂਜੀ ਯੂਨੀਵਰਸਿਟੀ ਤੋਂ ਸ਼ੁਰੂ ਕਰਦੇ ਆ
ਫਾਲੋ ਮੀ ਠੀਕ ਆ ਸਰ ਚਸ ਹੋਰ ਲੈਂਗਾ ਕੁਝ ਨਾ ਭਰਾਵਾ ਆਪਣਾ ਤਾਂ ਫੁੱਲ ਆ ਕੰਮ ਤੇ ਪ੍ਰੀਤ ਤੂੰ ਨਹੀਂ ਵੀਰੇ ਬਸ ਚਲੋ ਤੁਸੀਂ ਬੈਠੋ ਮੈਂ ਬਿੱਲ ਦੇ ਕੇ ਆਉਣਾ ਠੀਕ ਆ ਦੇ ਆਓ ਪ੍ਰੀਤ ਇੱਕ ਗੱਲ ਪੁੱਛਾਂ ਹਾਂ ਹਾਂ ਪੁੱਛੋ ਏਕਮ ਬਾਈ ਦਾ ਕੀ ਮੈਟਰ ਆ ਪਿਆਰ ਦਾ ਬਾਕੀ ਡਿਟੇਲ 'ਚ ਤੁਸੀਂ ਆਪ ਹੀ ਪੁੱਛ ਲਿਓ ਮੈਂ ਵੀ ਕਹਾਂ ਇੰਨਾ ਨਰਮ ਬੰਦਾ ਛੋਟੀ ਮੋਟੀ ਗੱਲ 'ਤੇ ਏਡਾ ਵੱਡਾ ਕਦਮ ਨਹੀਂ ਚੁੱਕ ਸਕਦਾ ਕੀ ਨਹੀਂ ਚੁੱਕ ਸਕਦਾ ਤੁਹਾਡੇ ਬਾਰੇ ਗੱਲ ਹੋ ਰਹੀ ਸੀ ਵੀਰੇ ਏਕਮ ਵੀਰੇ ਆਪਣੀ ਲਵ ਸਟੋਰੀ ਬਾਰੇ ਚਾਨਣਾ ਪਾਓ ਜਸ ਕੀ ਚਾਨਣ ਪਾਵਾਂ ਬੜੀ ਅਜੀਬ ਜੀ ਕਹਾਣੀ ਹੈ ਮੈਂ ਅਤੇ ਮੇਰਾ ਦੋਸਤ ਜੌਲੀ ਕੁਦਰਤ ਨੂੰ ਦੇਖਣ ਲਈ ਪਿੰਡੋਂ ਯੂਨੀਵਰਸਿਟੀ ਜਾਂਦੇ ਸੀ ਪਰ ਕਦੇ ਹਿੰਮਤ ਹੀ ਨਹੀਂ ਪਈ ਕਿ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਾਂ ਚੋਰੀ ਚੋਰੀ ਦੇਖਦਾ ਅਤੇ ਇੱਦਾਂ ਹੀ ਵਾਪਿਸ ਆ ਜਾਂਦਾ ਕੁਝ ਵੀ ਤੇਰੇ ਅੱਗੇ ਤਾਂ ਸੋਹਣਾ ਲੱਗਦਾ ਨੀ ਮੈਨੂੰ ਮੈਂ ਦੇਖਿਆ ਰਾਤੀ ਓਲੇ ਜੇ ਚੰਨ ਵੀ ਤੱਕਦਾ ਤੈਨੂੰ ਹਰ ਕੋਈ ਕਾਇਲ ਹੋ ਗਿਆ ਏ ਰੱਬ ਵੀ ਤਾਂ ਪਾਗਲ ਹੋ ਗਿਆ ਏ ਹੁਣ ਕੁਦਰਤ ਦਾ ਕੁਦਰਤ ਦੇ ਬਿਨ ਹੀ ਨਹੀਂ ਸਰਦਾ ਚੋਰੀ ਚੋਰੀ ਤੈਨੂੰ ਤੱਕ ਕੇ ਦਿਲ ਮੇਰਾ ਨਹੀਂ ਭਰਦਾ ਮੈਂ ਦੇਖਣਾ ਏ ਤੈਨੂੰ ਰੱਜ ਕੇ ਬਸ ਇੰਨਾ ਪਿਆਰ ਹਾਂ ਕਰਦਾ ਚੋਰੀ ਚੋਰੀ ਤੈਨੂੰ ਤੱਕ ਕੇ ਦਿਲ ਮੇਰਾ ਨਹੀਂ ਭਰਦਾ ਮੈਂ ਦੇਖਣਾ ਏ ਤੈਨੂੰ ਰੱਜ ਕੇ ਬਸ ਇੰਨਾ ਪਿਆਰ ਹਾਂ ਕਰਦਾ ਚੋਰੀ ਚੋਰੀ ਓ ਹੈਲੋ ਕਿਹੜੇ ਖਾਬਾਂ ਵਿੱਚ ਹੋ ਗਿਆ ਚੱਲ ਚੱਲੀਏ ਉਹ ਦੋ ਮਿੰਟ ਹੋਰ ਬਹਿ ਜਾ ਯਾਰ ਐਡੀ ਕਿਹੜਾ ਕਾਲੀ ਆ ਉਹ ਪੂਰੇ 150 ਕਿਲੋਮੀਟਰ ਜਾਣਾ ਇੱਥੋਂ ਉਹ ਵੀ ਬੋਲਟ 'ਤੇ ਫਿਰ ਕੀ ਹੋ ਗਿਆ ਅੱਗੇ ਨਹੀਂ ਜਾਂਦੇ ਜਾਂ ਫਿਰ ਯਾਰ ਪ੍ਰਪੋਜ਼ ਕਰਦੇ ਜਾਂ ਫਿਰ ਆਪਣਾ ਜਾਂ ਫਿਰ ਕੀ ਜਾਂ ਭਰਾਵਾ ਤੂੰ ਆਪਣਾ ਇਕੱਲਾ ਜਾਇਆ ਕਰ ਮੇਰੇ ਤੋਂ ਨਹੀਂ ਆਇਆ ਜਾਂਦਾ ਵਾਰ ਵਾਰ ਬਸ ਇਹੀ ਆ ਰਹੀ ਹੈ ਅੱਗੇ ਤਾਂ ਤੂੰ ਬੜੀਆਂ ਬੜੀਆਂ ਉਦਾਹਰਨਾਂ ਦਿੰਦਾ ਸੀ ਉਦਾਹਰਨਾਂ ਦਿੰਦਾ ਹੁੰਦਾ ਸੀ ਪਰ ਤੇਰਾ ਇਹ ਪਾਗਲਪਨ ਦੇਖ ਕੇ ਯਾਰੀ ਦੋਸਤੀ ਛੱਡਣੀ ਪੈਣੀ ਹੈ ਉਹਨੂੰ ਤਾਂ ਵਿਚਾਰੀ ਨੂੰ ਪਤਾ ਵੀ ਨਹੀਂ ਵੀ ਤੂੰ 150 ਕਿਲੋਮੀਟਰ ਤੋਂ ਰੋਜ਼ ਉਹਦੇ ਕਰਕੇ ਆਉਣਾ ਦੇਖਦਾ ਚਲਾ ਜਾਂਦਾ ਮੈਂ ਬਲੀ ਦਾ ਬੱਕਰਾ ਬਣਿਆ ਹੋਇਆ ਉਹ ਵੀ ਬਿਨਾਂ ਕਿਸੇ ਗੱਲ ਤੋਂ ਉਹ ਇਸੇ ਨੂੰ ਤਾਂ ਯਾਰੀ ਦੋਸਤੀ ਕਹਿੰਦੇ ਆ ਇਹੋ ਜਿਹੀ ਯਾਰੀ ਦੋਸਤੀ ਨੂੰ ਸਤਿ ਸ੍ਰੀ ਅਕਾਲ ਆਹ ਬੰਨੇ ਤੇਰੇ ਮੂਹਰੇ ਹੱਥ ਜਾਂ ਤਾਂ ਪ੍ਰਪੋਜ਼ ਕਰਦੇ ਜਾਂ ਭਰਾਵਾ ਆਪਣਾ ਇਕੱਲਾ ਆ ਜਾਇਆ ਕਰ ਚੱਲ ਕੱਲ੍ਹ ਨੂੰ ਫਿਰ ਪੱਕਾ ਪੱਕੀ ਗੱਲ ਆ ਪੱਕੀ ਗੱਲ ਹੁਣ ਬਣੀ ਨਾ ਗੱਲ ਦੇ ਤਾਲੀ ਦੂਜੇ ਦਿਨ ਪਤਾ ਲੱਗਾ ਕਿ ਜੌਂਟੀ ਨੇ ਕੁਦਰਤ ਨੂੰ ਫਿਜ਼ੀਕਲੀ ਟੌਰਚਰ ਕੀਤਾ ਤੇ ਯੂਨੀਵਰਸਿਟੀ ਛੱਡਣ ਦੀ ਧਮਕੀ ਵੀ ਦਿੱਤੀ ਹੈ ਜਿਸ ਨਾਲ ਉਸਦਾ ਮਾਨਸਿਕ ਸੰਤੁਲਨ ਵਿਗੜ ਗਿਆ ਬਸ ਫਿਰ ਕੀ ਮੈਂ ਤੁਰਿਆ ਨਹੀਂ ਗਿਆ ਤੇ ਜੌਂਟੀ ਨੂੰ ਸਬਕ ਸਿਖਾਉਣ ਦੀ ਠਾਣ ਲਈ ਇਸੇ ਨੂੰ ਤੇ ਪਿਆਰ ਕਹਿੰਦੇ ਨੇ ਹੈਲੋ ਹਾਂ ਕਿਵੇਂ ਆ ਅਸੀਂ ਫਿਲਹਾਲ ਸੇਫ ਹਾਂ ਤੂੰ ਟੈਨਸ਼ਨ ਨਾ ਲੈ ਜੇ ਕੋਈ ਗੱਲ ਹੋਈ ਤਾਂ ਪਹਿਲਾਂ ਫੋਨ ਕਰ ਦੀ ਠੀਕ ਹੈ ਚੱਲ ਠੀਕ ਹੈ ਓਕੇ ਬਾਏ ਬਾਈ ਤੁਹਾਨੂੰ ਇਹ ਮੂਸਾ ਰਾਜਸਥਾਨੀ ਦਾ ਕੁਝ ਜ਼ਿਆਦਾ ਉਭਰ ਜਾ ਨਹੀਂ ਲੱਗਦਾ ਉਹ ਯਾਰ ਠੀਕ ਹੈ ਯਾਰ ਡਿਜ਼ਾਈਨਰ ਪਰ ਗੱਲ ਹੁਣ ਅਣਖ ਤੇ ਜਿੱਤੇ ਖੜੀ ਹੈ ਬਾਈ ਮੂਸੇ ਰਾਜਸਥਾਨੀ ਤੋਂ ਪਹਿਲਾਂ ਜੌਂਟੀ ਬਾਈ ਨੂੰ ਮੈਂ ਲੱਭ ਕੇ ਦਿਖਾਉਂ ਲੱਭਣ ਲਭਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਵੈਰੀ ਗੁੱਡ ਹੋਣੀਆਂ ਵੀ ਚਾਹੀਦੀਆਂ ਨੇ ਲੱਗਦਾ ਡਰ ਗਏ ਜੇ ਸਾਹਮਣੇ ਸਕਦੇ ਰੱਖਦੇ ਕਿਉਂ ਇਹੋ ਜਿਹੀ ਜਾਸੂਸੀ ਕਰਦੇ ਹੋਵੋਗੇ ਬੂੰਦੀ ਹਾਂ ਬਾਈ ਕੁਰਸੀ ਲਾ ਜੀ ਬਾਈ ਆ ਲਓ ਜੀ ਹਾਂ ਹੁਣ ਦੱਸੋ ਕਿਵੇਂ ਆਉਣਾ ਹੋਇਆ ਉਹ ਵੀ ਦੱਸ ਦਿੰਦੇ ਆ ਸਪਾਰਕ ਜੀ ਸਰ ਤੈਨੂੰ ਜੋ ਕਿਹਾ ਸੀ ਉਹੀ ਗੱਲ ਹੋਈ ਨਾ 110% ਸਰ
ਕੀ ਕਿਹਾ ਸੀ ਇਹਨਾਂ ਨੂੰ ਮੈਨੂੰ ਵੀ ਦੱਸੋ ਮੈਂ ਉੱਥੇ ਗਨ ਜਾਣ ਕੇ ਸੱਟ ਕੇ ਆਇਆ ਸੀ ਕਿਉਂਕਿ ਮੈਨੂੰ ਪਤਾ ਸੀ ਤੂੰ ਉੱਥੇ ਜਾਵੇਂਗਾ ਤੇ ਗਨ ਚੱਕ ਕੇ ਲੈ ਕੇ ਆਵੇਂਗਾ ਇਜ਼ ਦੈਟ ਕਲੀਅਰ ਚਲੋ ਫਿਰ ਮੂਸਾ ਰਾਜਸਥਾਨੀ ਜੀ ਆਪੇ ਦੱਸ ਦਿਓ ਫਿਰ ਕਿਵੇਂ ਆਉਣਾ ਹੋਇਆ ਜੌਂਟੀ ਨੂੰ ਲੱਭਣ ਉਹ ਕਹਿੰਦੇ ਹੁੰਦੇ ਨਾ ਬਈ ਬੰਦਾ ਜਿੱਥੋਂ ਗਵਾਚਿਆ ਹੋਵੇ ਉਹਨੂੰ ਉੱਥੋਂ ਹੀ ਭਾਲਣਾ ਚਾਹੀਦਾ ਠੀਕ ਹੈ ਲੱਭੋ ਫਿਰ ਮੈਨੂੰ ਤੁਹਾਡੇ ਆ ਬੰਦੇ ਦਾ ਮਸਤਕ ਸਹੀ ਨਹੀਂ ਲੱਗਦਾ ਬਚੋ ਬਚੋ ਜਿੰਨਾ ਬਚ ਸਕਦੇ ਇਹਦੇ ਤੋਂ ਬਚੋ ਗਾਇਸ ਚੱਲੀਏ ਯੈਸ ਸਰ ਓਕੇ ਗਾਇਸ ਫੋਲੋ ਮੀ ਓਕੇ ਸਰ ਗੋਲੀ ਬਾਈ ਤੁਹਾਨੂੰ ਵੀ ਲੱਗਦਾ ਕਿ ਮੈਂ ਜੌਂਟੀ ਓ ਨਹੀਂ ਨਹੀਂ ਤੂੰ ਐਡਾ ਯੋਧਾ ਕਿੱਥੇ ਹੈ ਭੜਦੀ ਛੱਗੇ ਭਾਵੇਂ ਆ ਰਾਜਸਥਾਨੀ ਜਾ ਨਾ ਦੇ ਮੂਹਰੇ ਮੂਸਾ ਲਾ ਲੇ ਭਾਵੇਂ ਪਿੱਛੇ ਲਾ ਲੇ ਪਰ ਸਿੱਧੂ ਮੂਸੇ ਵਾਲਾ ਨਹੀਂ ਬਣ ਸਕਦਾ ਬਾਈ ਸਾਲੇ ਕਿਤੇ ਤਾਂ ਚੁੱਪ ਕਰ ਜਾਇਆ ਕਰੋ ਕਿਉਂ ਸਾਰਾ ਦਿਨ ਜਲੂਸ ਕਢਾਉਂਦੇ ਰਹੇ ਨੂੰ ਸਾਲਾ ਜਿੱਥੇ ਦੇਖੋ ਉੱਥੇ ਜਲੂਸ ਕੱਢਣ ਲੱਗ ਜਾਂਦੇ ਨੇ ਸੰਜੀ ਆ ਦੇਖ ਮੜਾ ਮੇਰੇ ਤੇ ਚੁੱਪ ਕਰ ਤਾ ਅੱਛਾ ਤੁਸੀਂ ਆਪਣਾ ਧਿਆਨ ਰੱਖੋ ਬਾਈ ਸੰਜੀ ਤੁਸੀਂ ਬੈਠੋ ਇੱਥੇ ਇੱਕ ਮਿੰਟ ਮੈਂ ਆਇਆ ਜੌਂਟੀ ਅੱਜ ਤੈਨੂੰ ਸਰਪ੍ਰਾਈਜ਼ ਦੇਣਾ ਬਹੁਤ ਵੱਡਾ ਜਿਸ ਨੂੰ ਦੇਖ ਕੇ ਤੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਣਗੀਆਂ ਹੋ ਸਕਦਾ ਬੇਹੋਸ਼ ਵੀ ਹੋ ਜਾਵੇ ਮਾਨਸਿਕ ਸੰਤੁਲਨ ਵੀ ਵਿਗੜ ਸਕਦਾ ਲੈ ਆ ਗਿਆ ਤੇਰਾ ਪਿਓ ਕਰ ਲੈ ਦਰਸ਼ਨ ਸਿਆਣੇ ਕਹਿੰਦੇ ਹੁੰਦੇ ਆ ਨਾ ਗਟਰ ਨੂੰ ਸਾਫ ਕਰਨ ਲਈ ਗਟਰ 'ਚ ਵੜਨਾ ਪੈਂਦਾ ਹੈ ਤੇ ਤੈਨੂੰ ਅਸਲ ਜ਼ਿੰਦਗੀ ਦਾ ਪਾਠ ਪੜ੍ਹਾਉਣ ਲਈ ਮੈਨੂੰ ਇਸ ਗੰਦਗੀ 'ਚ ਵੜਨਾ ਪਿਆ ਜੇ ਤੈਨੂੰ ਇੱਥੇ ਨਾ ਲਿਆਉਂਦੇ ਪਤਾ ਨਹੀਂ ਅੱਜ ਤੱਕ ਤੂੰ ਕਿੰਨੀਆਂ ਹੋਰ ਜ਼ਿੰਦਗੀਆਂ ਬਰਬਾਦ ਕਰ ਦਿੰਦਾ ਤੇਰੇ ਮਾਂ ਪਿਓ ਦੀ ਗਲਤੀ ਪਤਾ ਕੀ ਹੈ ਉਹਨਾਂ ਨੇ ਤੈਨੂੰ ਜਨਮ ਤਾਂ ਦਿੱਤਾ ਪਰ ਜ਼ਿੰਦਗੀ ਨਹੀਂ ਜਿਉਣੀ ਸਿਖਾਈ ਜੇ ਉਹਨਾਂ ਨੇ ਤੈਨੂੰ ਜਿਉਣਾ ਸਿਖਾਇਆ ਹੁੰਦਾ ਨਾ ਤੂੰ ਕਦੇ ਸੱਤੀ ਨੂੰ ਨਾ ਮਾਰਦਾ ਵੀਰ ਕਹਿੰਦੀ ਸੀ ਮੈਨੂੰ ਆਪਣਾ ਭਾਵੇਂ ਆਪਣੇ ਘਰੇ ਖਾਣਾ ਬਣਾਉਣ ਦਾ ਹੀ ਕੰਮ ਕਰਦੀ ਸੀ ਪਰ ਕੰਮ ਤਾਂ ਇੱਕ ਮਾਂ ਦਾ ਹੀ ਕਰਦੀ ਸੀ ਨਾ ਤੇ ਤੂੰ ਉਸ ਪਵਿੱਤਰ ਰਿਸ਼ਤੇ ਦੀ ਕਦਰ ਵੀ ਨਹੀਂ ਜਾਣੀ ਆ ਗੁੱਟ ਤੇ ਰੱਖੜੀ ਬੰਨੀ ਸੀ ਉਹਨੇ ਤੇ ਦਿਲੋਂ ਭੈਣ ਮੰਨਦਾ ਸੀ ਉਹਨੂੰ ਮੈਂ ਤੇ ਤੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ ਇਸ ਗੱਲ ਨੂੰ ਪਰ ਤੂੰ ਹਵਸ ਦਾ ਪੁਜਾਰੀ ਆਪਣੀਆਂ ਹੱਦਾਂ ਹੀ ਪਾਰ ਕਰ ਗਿਆ
अज भी ओ सीन अज भी ओ सीन मेरिया अखा सामने घूमता रहता कि क्यों नहीं बचा सकिया मैं अपनी सती नू ये पछतावा हमेशा मेरे जहन च रहना सती भैन की लाश देख मैं दुनिया का सब तो डरपोक ते लाचार महसूस कर रहा सी पर हुण नहीं हुण तेरे वर्गे जिन्ने भी चौंटी मिलणगे ना उन्हां दा आही हशर हो फोन थोड़ी शॉप तो गया सर मैं चेक कर लेना जी सर हाँ जी ये साड़ी शॉप तो विकिया है जी की नाते है सर एक कुलदीप सिंह सन ऑफ नरंजन सिंह इना दा नंबर दो हाँ जी सर लिख लो जी नंबर 7735506 ओके थैंक यू वेलकम सर ए नंबर ते फोन ला ते पता कर ये बंदा कौन है ठीक है सर एकम अपन चौकस रहना पैना हूँ वो सड़ा इंस्पैक्टर जाना केस नू बड़ी सीरियसली बैठे कोई गल नहीं गोली इन्नी छेती अपना इंस्पैक्टर के हाथ नहीं आते एकम फिर भी आपां नू डर के रहना चाहिए तू ये जोंटी भी पागल हो गया एदा पागल होना तो अपने लिए चंगा ही होया जट सिवियां चो लंगे आ चिड़े टकरी साले ने करते रंग दिखाने शुरू चल चित लगे रहू गल सुन काका कुलदीप सिंह दा घर यही है हाँ जी सर मैं ही हाँ कुलदीप जी आ फोन बारे पता कुछ नहीं नहीं सर ओए चंगी तरह दस दे सलिया पटा फेरे तो बाद ही दसेंगा है दसदा सर सर एक दिन मैं शॉप ते फोन दा चार्जर लैन गया उत्थे मैनू एक मुंडा कुड़ी मिले जिन्होंने मैनु 2000 का लालच दिता तो फोन से सिम लैन लिए कहा तो मैं उन्होंने अपने प्रूफ से सिम से फोन ला दिता सर पर मैं वह मुंडा कुड़ी जानता नहीं सी सर तो ना ही पहला कदे देखा उन्होंने दोनों दिया शक्ल याद ने मुंडे की शक्ल तो मैं याद है सर पर कुड़ी का मूँह बनया हुआ सी जी कलेर जी सर स्कैच वाले बुला स्कैच बनवा जी सर गल सुन ला जे घरों भजन की कोशिश की है ना तो सड़िया सारे टब्बर फड़ के अंदर दे दी सुन गया ठीक है सर हैलो हाँ गोली कितने गैप जे हो गया भाई मैं पिंड चला गया सी वापस जा रहे सी भाई अच्छा चल पहुँच के फोन करी ठीक है जी ठीक है ओके चल ठीक है एकम प्रीत मैं तेन करें ड्रॉप कर ठीक है वीरे जोंटी नु काबू च रखियो पागल हो गया सड़ा कि किसी का नुकसान कर दे गोली तू फिकर ना कर इन्हों ए नहीं भजन देंगे ठीक है ओके ध्यान रखियो
ਸਮਰ ਵੀ ਕੀ ਹੋ ਗਿਆ ਅੱਜ ਹਾਂਜੀ ਬਾਈ ਜੀ ਹਾਂ ਗੋਲੀ ਮੈਨੂੰ ਮਿਲ ਛੇਤੀ ਆ ਕਿਵੇਂ ਬਾਈ ਕੰਮ ਸੀ ਕੋਈ ਜ਼ਰੂਰੀ ਹਾਂ ਮਿਲ ਕੇ ਦੱਸ ਛੇਤੀ ਆ ਠੀਕ ਹੈ ਜੀ ਬਾਈ ਮਿਲਦਾ ਕੀ ਹੋ ਗਿਆ ਬਾਈ ਇੰਨੀ ਟੈਨਸ਼ਨ ਕਿਹੜੀ ਗੱਲ ਦੀ ਆ ਕੁਛ ਨਹੀਂ ਡਿਜ਼ਾਈਨਰ ਉਹ ਬਸ ਉਹ ਝੁੰਡੀ ਕਰਕੇ ਥੋੜ੍ਹਾ ਦਿਮਾਗ ਜਿਹਾ ਘੁੰਮਿਆ ਪਿਆ ਛੱਡੋ ਤੁਸੀਂ ਚਲੋ ਚੱਲੀਏ ਮੁੰਡੇ ਓਏ ਮੈਨੂੰ ਕੋਈ ਗੜਬੜ ਲੱਗਦੀ ਹੈ ਬਾਈ ਆਪਣੇ ਤੋਂ ਕੁਛ ਲੁਕੋ ਰਿਹਾ ਨਾ ਨਾ ਬਾਈ ਲੁਕੋ ਰਿਹਾ ਕੁਛ ਆਪਣੇ ਤੋਂ ਹੋਰ ਸਾਲੇ ਮੈਂ ਫਾਰਸੀ ਬੋਲਦਾ ਮੇਰਾ ਸਾਲਾ ਨੇਪਾਲੀ ਜਾ ਚਲ ਲਵ ਯੂ ਕਰਦਾ ਏ ਦਿਲ ਲਵ ਯੂ ਕਰ ਲੈ ਇਹ ਨਹੀਂ ਸਾਲਾ ਮੇਰਾ ਟਲਦਾ ਕਿਉਂ ਭੱਜ ਜੂ ਨਹੀਂ ਕਰਦਾ ਉਹ ਸ਼ਿਟ ਇਹ ਤਾਂ ਉਹੀ ਮੁੰਡਾ ਜਿਹੜਾ ਆਪਾਂ ਨੂੰ ਉਸ ਦਿਨ ਰਸਤੇ 'ਚ ਮਿਲਿਆ ਸੀ ਹਾਂਜੀ ਸਰ ਉਹੀ ਆ ਦਲੇਰ ਸਮਝ ਲੈ ਜੌਂਟੀ ਮਿਲ ਗਿਆ ਕਿਵੇਂ ਬਾਈ ਅਚਾਨਕ ਬੁਲਾ ਲਿਆ ਕੋਈ ਜ਼ਰੂਰੀ ਕੰਮ ਸੀ ਜੌਂਟੀ ਕਿੱਥੇ ਆ ਜੌਂਟੀ ਸਮਝ ਨਹੀਂ ਆਈ ਬਾਈ ਮੈਂ ਸਮਝਾਉਣਾ ਚੱਲ ਠੀਕ ਹੈ ਕੰਮ ਪ੍ਰੀਤ ਮੈਂ ਤੈਨੂੰ ਘਰੇ ਡਰੋਪ ਕਰ ਠੀਕ ਹੈ ਵੀਰੇ ਜੌਂਟੀ ਨੂੰ ਕਾਬੂ 'ਚ ਰੱਖਿਓ ਪਾਗਲ ਹੋ ਗਿਆ ਸਾਲਾ ਕਿਤੇ ਕਿਸੇ ਦਾ ਨੁਕਸਾਨ ਕਰ ਦੇ ਗੋਲੀ ਤੂੰ ਫਿਕਰ ਨਾ ਕਰ ਇਹਨੂੰ ਐਂ ਨਹੀਂ ਭੱਜਣ ਤਹਿ ਚਾਹ ਕੇ ਕੋਈ ਗਲਤ ਫੈਸਲਾ ਨਾ ਲੈ ਲਈ ਕਿ ਸਾਰੀ ਉਮਰ ਪਛਤਾਉਣਾ ਪੈ ਜੇ ਦੇਖ ਚੌਂਟੀ ਮੇਰੇ ਹਵਾਲੇ ਕਰ ਦੇ ਇਹ ਗੱਲ ਤੇਰੇ ਤੇ ਮੇਰੇ ਵਿੱਚ ਹੀ ਰਹੂਗੀ ਯਕੀਨ ਕਰ ਚੌਂਟੀ ਤੈਨੂੰ ਆਪਣਾ ਭਰਾ ਮੰਨਦਾ ਸੀ ਤੇ ਮੈਂ ਸਤੀ ਨੂੰ ਆਪਣੀ ਭੈਣ ਮੰਨਦਾ ਸੀ ਤੂੰ ਭਰੋਸਾ ਤੋੜਿਆ ਉਹਨੇ ਰਿਸ਼ਤਾ ਤੋੜਿਆ ਤੇ ਜਿਹੜੇ ਬੰਦੇ ਨੂੰ ਰਿਸ਼ਤਿਆਂ ਦੀ ਕਦਰ ਨਹੀਂ ਨਾ ਮੇਰੇ ਦਿਲ 'ਚ ਉਹਦੇ ਲਈ ਕੋਈ ਜਗ੍ਹਾ ਨਹੀਂ ਦੇਖ ਮੈਨੂੰ ਪਤਾ ਹੈ ਚੌਂਟੀ ਨੇ ਬਹੁਤ ਗਲਤ ਕੰਮ ਕੀਤੇ ਨੇ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਆ ਮੈਂ ਚੌਂਟੀ ਨੂੰ ਮਿਲਣਾ ਕੋਈ ਫਾਇਦਾ ਨਹੀਂ ਬਾਈ ਉਹ ਪਾਗਲ ਹੋ ਚੁੱਕਿਆ ਤੇਰੇ ਸਾਥੀਆਂ ਨਾਲ ਹੀ ਮਿਲਾ ਦੇ ਮੈਂ ਇਹ ਵੀ ਨਹੀਂ ਕਰ ਸਕਦਾ ਘਬਰਾ ਨਾ ਮੈਂ ਸਿਰਫ ਉਹਨਾਂ ਨਾਲ ਗੱਲਬਾਤ ਹੀ ਕਰਨੀ ਹੈ ਜੇ ਕੋਈ ਗਲਤ ਸਟੈਪ ਚੱਕਣਾ ਹੁੰਦਾ ਨਾ ਤਾਂ ਉਸੇ ਟਾਈਮ ਹੀ ਚੱਕ ਲੈਂਦਾ ਜਿਸ ਟਾਈਮ ਇਹ ਰਿਕਾਰਡਿੰਗ ਕੀਤੀ ਸੀ ਭਰੋਸਾ ਰੱਖ ਠੀਕ ਹੈ ਪਰ ਮੇਰੀ ਗੱਡੀ ਚੱਲਾਂਗੇ ਅਤੇ ਆਪਣਾ ਫੋਨ ਅਤੇ ਅਗਨ ਮੈਨੂੰ ਦੇ ਦਿਓ ਪ੍ਰੀਤ ਕੀ ਗੱਲ ਹੁਣੇ ਤਾਂ ਗਈ ਸੀ ਵਾਪਸ ਵੀ ਆ ਗਈ ਗੋਲੀ ਵੀਰੇ ਦਾ ਫੋਨ ਆਇਆ ਸੀ ਉਹਨਾਂ ਨੇ ਬੁਲਾਇਆ ਇੱਥੇ ਆ ਰਹੇ ਨੇ ਉਹ ਅੱਛਾ ਘਬਰਾਓ ਨਾ ਮੈਂ ਇੱਥੇ ਗੱਲਬਾਤ ਹੀ ਕਰਨਾ ਹੈ ਅਤੇ ਮੇਰੇ ਤੋਂ ਬਿਨਾਂ ਕਿਸੇ ਨੂੰ ਕੁਛ ਨਹੀਂ ਪਤਾ ਹਾਂਜੀ ਬੋਲੋ ਕੀ ਗੱਲ ਕਰਨੀ ਹੈ ਤੁਸੀਂ ਆਪਣੀ ਜਗ੍ਹਾ ਸਹੀ ਹੋ ਜੇ ਤੁਹਾਡੀ ਜਗ੍ਹਾ ਮੈਂ ਹੁੰਦਾ ਤਾਂ ਸ਼ਾਇਦ ਮੈਂ ਵੀ ਇਹੀ ਕਰਦਾ
पर जौंटी ने किते की सज़ा मिल चुकी है तो जिस हिसाब ना तुसी उन्हें टॉर्चर किया ना उन्हें भी अपनी गलतियों का एहसास हो गया होना। मेरी तो एक ही रिक्वेस्ट है उन्हें छड़ दो। नहीं नहीं छड़ सकते। जो थोनू पता है कि यह गलत है फिर क्यों इन्नी हमदर्दी दिखा रहे हो? देखो मैं थोड़े सारे भले वास्ते कह रहा इस मैटर नूं इत्थे खत्म कर दो। खत्म कर दो सब कुछ, सारी सृष्टि का सर्वनाश कर दो। इस मरे नूं होर की मारोंगे, मरे नालों तो वध होया पिया। वैसे सही गल आ बाई दी, मेरी अग तो सड़े नूं मार की बुझू। जा मार लै, तू बुझा ला अपनी अग। इनू मार के पता की मिलूगा? जौंटी नूं मुक्ति ते थोनू सारयां नूं सजा। क्यों इस कुड़ी दी ते अपनी जिंदगी खराब करन ते तुले होए हो? इस मुद्दे ते मिट्टी पाओ, एक नवी जिंदगी दी शुरुआत करो। ते रही गल बिराज भाई पार्टी ते जौंटी दी, वो सब कुछ मैं आप सांभलूंगा, ये मेरा थोड़े नाल वादा रहा। बोलो सहमत हो? ठीक है, जिवें थोड़ी मर्जी। समर भाई सानू थोड़े ते विश्वास है, पर यह विश्वास टुटना नहीं चाहिए। क्यों एकम? गोली तेरे नाल सहमत है, तुसी ले जा सकते जोटी नू। थोड़ा सारयां दा धन्नवाद कि तुसी मेरी गल मन्नी। गोली तू मेरे नाल ही चल। जी भाई। तू जोटी नू लैके आ, मैं बिराज भाई नाल गल करदा। ठीक है जी। हाँ जी भाई, जौंटी का पता लग गया। बाकी गल मैं थोड़े ना आके करदा। हाँ जी। जौंटी नूं तां जौंटी दे कीतियां दी सज़ा मिल गई, पर तुहाडी गली पिंड शहर अज भी कई जौंटी वर्गे रोजाना गुनाह करके आजाद घूम रहे, ते तुसी उन्हां नूं नज़रअंदाज करके उन्हां दे गुनाहां नूं बढ़ावा दे रहे हो। हुण अगे फैसला थोड़े हथ है कि तुसी की करना। सर इत्थे किहड़ा शॉट लिया गया है सर? जौंटी दा टाइमिंग सीन है इत्थे, ते जौंटी नूं टॉर्चर कीता जा रहा है बहुत ही गंदे ते घिनौने तरीके नाल। स्टूडेंट वारदा है वेला बलिए, तू भी देना कोई सजेशन ता देला बलिए। स्टूडेंट वारदा है वेला बलिए, देना कोई सजेशन ता देला बलिए। वोटां विच सारे कुत्ते जाणगे। लास्ट स्टेप तुहाडा जी, ते सारी टीम दी बहुत 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 ज्यादा मेहनत लग रही है, मेहनत कर रहे हैं सारे जने। बीओपी डायरेक्टर प्रोडक्शन वाला थोड़ा जहा लूज है करैक्टर का। Very good atmosphere, brilliant weather, and we showed climax today and very sikhar dupehra today, bahut hi very hot bahut hai। बहुत नजारा है भाई, प्यार देते रहो अगे तो होर थोड़ा सोहना काम करते रहेंगे, वधिया काम करते रहेंगे, प्यार बनाई रखो।